ਲਓ ਜੀ ਭਰਾਵੋ, ਚੀਨੇ ਮਾਨਸਾ ਕੋਲੇ ਪਹੁੰਚੇ ਹਾਂ ਬਾਈ ਆਪਾਂ ਤਾਮਕੋਟ ਪਿਜਨ ਕਲੱਬ ਦੇ ਵਿੱਚ। ਅਤੇ ਬਾਈ ਦੇ ਜਿੰਨੇ ਵੀ ਯਾਰ ਦੋਸਤ ਨੇ ਸਭ ਨੂੰ ਤਾਂ ਪਤਾ ਵੀ ਚੀਨੇ ਬਾਈ ਨੇ ਭਰਾਵੋ ਸੈਟਅਪ ਕਰ ਲਿਆ ਬਹੁਤ ਵੱਡਾ, ਪਹਿਲਾਂ ਨਾਲੋਂ ਬਾਈ ਦੁੱਗਣਾ ਤਿੱਗਣਾ ਕਰ ਲਿਆ। ਅਤੇ ਐਤਕੀ ਕਬੂਤਰਬਾਜ਼ੀਆਂ 'ਤੇ ਛੱਡਣ ਵਾਸਤੇ ਆਪਾਂ ਕਹੀਏ ਵੀ ਬਾਈ ਹੋਰਾਂ ਨੇ ਬਾਈ ਵੱਡੇ ਪੱਧਰ 'ਤੇ ਕਰ ਰੱਖੀਆਂ ਨੇ ਤਿਆਰੀਆਂ, ਅਤੇ ਬਾਈ ਨਾਲ ਕਰਾਂਗੇ ਗੱਲਬਾਤ। ਅਤੇ ਸਾਡੀ ਪੰਜ ਆਪ ਪੈਦਾਵਾਰ ਚੈਨਲ ਦੀ ਟੀਮ ਬਾਈ ਚੀਨਾ ਮਾਨਸਾ ਕੋਲ ਗਈ ਸੀ ਤਾਮਕੋਟ ਦੇ ਵਿੱਚ, ਨਾਲ ਸੀਗਾ ਸਾਡਾ ਭਰਾ ਚੀਨਾ ਖਿਆਲਾ ਬਾਈ। ਅਤੇ ਬਾਈ ਚੀਨਾ ਮਾਨਸਾ ਦੇਖ ਲਓ ਬਾਈ ਕਿਵੇਂ ਧੁੱਪ ਦੇ ਵਿੱਚ ਤਾਹਾਂ ਨੂੰ ਅੱਖਾਂ ਗੱਡੀਆਂ ਹੋਈਆਂ ਨੇ ਕਬੂਤਰਾਂ ਕਣੀ, ਇਕੱਲੇ ਇਕੱਲੇ ਕਬੂਤਰ ਦਾ ਪਤਾ ਵੀ ਅੱਜ ਕਿਹੜਾ ਅੜਾਇਆ ਹੋਇਆ, ਕਿਹਦੀ ਵਾਰੀ ਆ, ਕਿਹੜਾ ਕਿੰਨਾ ਸਮਾਂ ਉੱਡਿਆ। ਅਤੇ ਬਾਈ ਦਾ ਸੈਟਅਪ ਦਿਖਾਉਣਾ ਬਾਈ ਤੁਹਾਨੂੰ ਸਾਰਾ, ਬਹੁਤ ਸੋਹਣਾ ਬਾਈ ਵੀਰ ਨੇ ਕਰਿਆ ਵਿਆ ਜਗਾੜ, ਹੈ ਨਾ। ਅਤੇ ਘਰ ਆਏ ਹੋਏ ਬੰਦਿਆਂ ਨੂੰ ਬਾਈ ਬਹੁਤ ਪਿਆਰ ਨਾਲ ਮਿਲਦਾ। ਅਤੇ ਭਰਾਵੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਕਰਕੇ ਦੱਸਿਓ, ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ। ਆਜੋ ਕਰਦੇ ਹਾਂ ਬਾਈ ਗੱਲਬਾਤ ਆਪਾਂ ਭਰਾਵੋ ਚੀਨੇ ਵੀਰ ਨਾਲ। ਹਾਂਜੀ ਭਰਾਵੋ, ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ। ਅਤੇ ਭਰਾਵੋ ਆਪਣੇ ਨਾਲ ਬੈਠਾ ਅੱਜ ਵੀਰ ਚੀਨਾ ਮਾਨਸਾ, ਆਪਾਂ ਬਾਈ ਕੋਲ ਆਏ ਸੀਗੇ ਪਿੰਡ ਤਾਮਕੋਟ, ਜਿੱਥੇ ਵੀਰ ਹੋਰਾਂ ਦਾ ਬਾਈ ਤਾਮਕੋਟ ਪਿਜਨ ਕਲੱਬ ਹੈਗਾ। ਅਤੇ ਵੀਰ ਨੂੰ ਆਪਾਂ ਪਹਿਲਾਂ ਤਾਂ ਵਧਾਈਆਂ ਦਿੰਦੇ ਹਾਂ ਬਾਈ ਤੁਹਾਡੇ ਕਬੂਤਰਾਂ ਦੇ ਸਾਰੇ, ਜਿਹੜਾ ਤੁਸੀਂ ਨਵਾਂ ਸੈਟਅਪ ਲਾਇਆ ਗਾ ਨਵੇਂ ਸਿਸਟਮ ਲਈ, ਅਤੇ ਸਵਾਗਤ ਆ ਬਾਈ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਬਾਈ। ਬਾਈ ਸਾਰੇ ਭਰਾਵਾਂ ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਬਾਈ ਦਾ ਚੈਨਲ ਪੰਜਾਬ ਪੈਦਾਵਾਰ ਵੇਖਦੇ ਆ, ਸਾਡਾ ਸੁੱਖੀ ਖਾਸ ਭਰਾ ਹੈ ਜੀ, ਧੰਨਵਾਦ। ਪਹਿਲਾਂ ਬਾਈ ਮਿਲਦਾ ਜੁਲਦਾ ਰਹਿੰਦਾ ਸਾਡੀ ਬਾਈ ਨਾਲ, ਕੋਈ ਚੈਨਲ ਦੇ ਤੌਰ 'ਤੇ ਨਹੀਂ ਵੈਸੇ ਮਿੱਤਰਤਾ। ਨਹੀਂ ਬਿਲਕੁਲ ਬਾਈ, ਧੰਨਵਾਦ। ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਬਾਈ ਤੈਨੂੰ ਪਤਾ ਹੈ ਨਾ, ਆਪਾਂ ਨੂੰ ਭਰਾਵੋ ਵੀ ਬੰਦਾ ਉਹ ਮਨ ਨੂੰ ਲੱਗਦਾ ਹੁੰਦਾ ਵੀ ਜਿਹੜਾ ਬੰਦਾ ਆਏ ਗਏ ਨੂੰ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਬੰਦਾ ਰਿਸਪੈਕਟ ਦਿੰਦਾ, ਹੈ ਨਾ। ਨਹੀਂ ਇੱਥੇ ਨਾ ਬਾਈ ਜਿੰਨੇ ਬਾਈ ਬਹੁ ਬੰਦਿਆਂ ਦਾ ਬਣ ਜਾਂਦਾ, ਹੈ ਨਾ। ਪਰ ਜਦੋਂ ਬੰਦਾ ਘਰ ਗਏ ਬੰਦੇ ਨੂੰ ਮਾਣ ਸਤਿਕਾਰ ਨਾਲ ਮੂਹਰੇ, ਮੰਨ ਲਾ ਵੀ ਜਦੋਂ ਬਾਈ ਮੈਂ ਪਹਿਲੀ ਵਾਰ ਆਇਆ ਸੀ, ਹੈ ਨਾ, ਅਤੇ ਆਪਾਂ ਮਿਲੇ ਸੀ ਅਸੀਂ ਘੋੜਿਆਂ ਦੀ ਮੰਡੀ 'ਚ, ਅਤੇ ਕਿਸੇ ਵੀ ਬੰਦੇ ਕੋਲ ਆਪਾਂ ਜਾਂਦੇ ਹਾਂ ਬਾਈ ਮੂਹਰੇ ਜਾਂਦਿਆਂ ਨੂੰ ਮੇਨ ਬੰਦਾ ਜਿਹਦਾ ਨਾਂ ਹੁੰਦਾ ਬੰਦਾ ਭੱਜ ਕੇ ਮਿਲਦਾ, ਤਾਂ ਬਾਈ ਬੰਦੇ ਦੀ ਆਪਣੇ ਦਿਲ ਦੇ ਵਿੱਚ ਦੁੱਗਣੀ ਜਗ੍ਹਾ ਬਣ ਜਾਂਦੀ ਹੈ। ਸਹੀ ਗੱਲ ਹੈ ਜੀ। ਅਤੇ ਅਕਸਰ ਹੀ ਬਾਈ ਬਹੁਤੇ ਲੋਕਾਂ ਦੇ ਮਨ ਦੇ ਵਿੱਚ, ਚਲੋ ਹੁਣ ਆਪਣੀ ਗੱਲ ਇੱਥੋਂ ਹੀ ਚੱਲ ਪਈ, ਬਹੁਤੇ ਲੋਕਾਂ ਦੇ ਨਾ ਬਾਈ ਮਨ ਦੇ ਵਿੱਚ ਇਹ ਹੁੰਦਾ ਵੀ ਯਾਰ ਪਤਾ ਨਹੀਂ ਚੀਨਾ ਮਿਲਦਾ ਖਣੀ ਨਾ ਮਿਲਦਾ, ਹੈ ਨਾ। ਅਤੇ ਨੰਬਰ ਬਾਈ ਦਾ ਆਪਾਂ ਪਾਉਂਦੇ ਨਹੀਂ ਹੁੰਦੇ, ਉਹ ਕਾਰਨ ਕੀ ਆ ਬਾਈ, ਫਿਰ ਬਾਈ ਹੋਰੀ ਬਾਜ਼ੀਆਂ ਦੇ ਵਿੱਚ ਬਿਜੀ ਹੁੰਦੇ ਨੇ, ਅਤੇ ਬਾਹਲੇ ਪਾਸੇ ਉਹ ਹੋ ਜਾਂਦਾ। ਅਤੇ ਬਾਈ ਜੇਕਰ ਗੱਲ ਕਰੀਏ ਵੀ ਜਿਵੇਂ ਪਿਛਲੀ ਵਾਰ ਵੀ ਜਦੋਂ ਆਪਾਂ ਵੀਡੀਓ ਬਣਾਈ ਤੀ ਉਦੋਂ ਹੀ ਬਾਜ਼ੀਆਂ ਵਾਲਾ ਸਿਸਟਮ ਸ਼ੁਰੂ ਹੋਣਾ ਸੀ, ਹੈ ਨਾ, ਅਤੇ ਹੁਣ ਵੀ ਬਾਈ ਚੜ੍ਹਦੀ ਗਰਮੀ ਆ, ਅੱਧੇ ਅਪ੍ਰੈਲ ਤੋਂ ਵੱਧ ਲੰਘ ਗਿਆ, ਵੀ ਐਤਕੀ ਬਾਜ਼ੀਆਂ ਦੀ ਕਿਵੇਂ ਤਿਆਰੀ ਆ ਬਾਈ? ਸਿਸਟਮ ਵੀ ਸੈਟਅਪ ਪੂਰਾ ਡਬਲ ਕਰ ਲਿਆ ਪਹਿਲਾਂ ਨਾਲੋਂ ਵੱਡਾ ਹੋ ਗਿਆ, ਹੈ ਨਾ, ਕਬੂਤਰ ਵੀ ਦੇਖਣ ਨੂੰ ਐਂ ਲੱਗਦਾ ਬਾਈ ਵੀ ਡਬਲ ਟ੍ਰਿਪਲ ਹੋ ਗਏ ਬਾਈ। ਪਹਿਲਾਂ ਤਾਂ ਬਾਈ ਮੈਂ ਤੁਹਾਡੀ ਪਹਿਲਾਂ ਹੀ ਗੱਲ ਦਾ ਜਵਾਬ ਦਿੰਦਾ ਮਿਲਣ ਵਾਲੀ ਦਾ। ਹਾਂ ਬਾਈ, ਬਾਈ ਜਿੰਨੀ ਵੀ ਕੋਸ਼ਿਸ਼ ਹੁੰਦੀ ਹੈ ਜੀ, ਹਰੇਕ ਬੰਦੇ ਨੂੰ ਆਨ ਆਉਣ ਬੰਦੇ ਨੂੰ ਵੀ ਟਾਈਮ ਦੇਈਦਾ ਬਾਈ। ਠੀਕ ਆ ਬਾਈ। ਜਿਹੜਾ ਮੰਨ ਲਓ ਦੂਰੋਂ ਚੱਲ ਕੇ ਆਉਂਦਾ ਬੰਦਾ, ਆਪਾਂ ਜਾਣਦੇ ਵੀ ਨਹੀਂ ਹੁੰਦੇ ਬੰਦੇ ਨੂੰ, ਆਪਦੇ ਵੱਲੋਂ ਪੂਰਾ ਬੈਟਰ ਕਰੀਦਾ। ਬਿਲਕੁਲ। ਪਰ ਲੋਕ ਵੀ ਬਾਈ ਜਿਵੇਂ ਹੁਣ ਕੋਈ ਵਾਰੀ ਰਾਤ ਨੂੰ ਕੋਈ ਡਰਿੰਕ ਕੀਤੀ ਜੀ, 12 ਵਜੇ ਫੋਨ ਲਾ ਲਿਆ, 10 ਵਜੇ ਫੋਨ ਲਾ ਲਿਆ, ਉਦੋਂ ਬਾਈ ਹਰਾਸਮੈਂਟ ਵੀ ਹੁੰਦੀ ਹੈ, ਉਦੋਂ ਐਂ ਲੱਗਦਾ ਹੁੰਦਾ ਕਈ ਵਾਰੀ ਚੰਗੇ ਬੰਦੇ ਵੀ ਨਹੀਂ ਚੱਕਿਆ ਜਾਂਦਾ। ਕੋਸ਼ਿਸ਼ ਮੈਂ ਫੁੱਲ ਕਰਦਾ ਵੀ ਹਰੇਕ ਬੰਦੇ ਦਾ ਰਿਪਲਾਈ ਕਰਾਂ ਬਾਈ, ਕਿਉਂਕਿ ਹੁਣ ਤੁਸੀਂ ਦੇਖੋ ਕਿੰਨੇ ਬੰਦੇ ਕਬੂਤਰ, ਕਿੱਡੀ ਵੱਡੀ ਦੁਨੀਆ, ਮੈਂ ਇਕੱਲੇ ਇਕੱਲੇ ਬੰਦੇ ਨੂੰ ਤਾਂ ਬਾਈ ਉਹ ਕਰ ਨਹੀਂ ਸਕਦਾ, ਪਰ ਆਪਦੇ ਵੱਲੋਂ ਮੈਂ ਆਪਦਾ ਫੁੱਲ ਬੈਸਟ ਕਰਦਾ ਵੀ ਹਰੇਕ ਬੰਦਾ ਮੇਰੇ ਘਰ ਆਵੇ, ਅਲਾ ਐਂ ਨਾ ਕਹੇ ਯਾਰ ਵੀ ਮੈਨੂੰ ਮਿਲਿਆ ਨਹੀਂ, ਖਿੜੇ ਮੱਥੇ ਮਿਲੀਦਾ। ਬਿਲਕੁਲ ਬਾਈ, ਹਾਂਜੀ, ਵੀ ਕਿਸੇ ਦਾ ਮਾਣ ਨਾ ਟੁੱਟੇ ਵੀਰ ਦਾ, ਹੈ ਨਾ। ਹਾਂਜੀ, ਬਾਕੀ ਫਿਰ ਬਾਈ ਸਾਰਾ ਦਿਨ ਬਾਜ਼ੀਆਂ ਦੀ ਭੱਜ ਦੌੜ ਹੁੰਦੀ ਆ, ਹੈ ਨਾ, ਸਵੇਰੇ ਸੁਨੇਹਾ ਨਿਕਲਣਾ, ਸ਼ਾਮ ਨੂੰ ਉਧਰੋਂ ਆਉਂਦੇ ਨੂੰ ਲੇਟ ਹੋ ਜਾਣੇ, ਆ ਕੇ ਕਬੂਤਰ ਸਾਹਮਣੇ ਨੇ, ਅਤੇ ਉਦੋਂ ਬਾਅਦ ਬਾਈ ਆਪਦੀ ਵੀ ਰੈਸਟ ਕਰਨੀ। ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ ਬਾਈ, ਜਿਹੜਾ ਸਰ ਜਿਵੇਂ ਸਾਡੇ ਕੋਲ ਪਹਿਲਾਂ ਥੋੜੇ ਕਬੂਤਰ ਸੀ, ਥੋੜਾ ਸਿਸਟਮ ਸੀ, ਬਾਜ਼ੀਆਂ ਵੱਧ ਜਿੱਤ ਲੈਂਦੇ ਸੀ। ਠੀਕ ਆ ਬਾਈ। ਕਿਉਂਕਿ ਜ਼ਿਆਦਾ ਟਾਈਮ ਕਬੂਤਰ ਹੁੰਦੇ ਸੀ, ਜਿਹੜਾ ਹੁਣ ਵੀ ਮੰਨ ਲਓ ਜ਼ਿਆਦਾ ਕਬੂਤਰ ਹੋ ਗਏ, ਜ਼ਿਆਦਾ ਐਂਟਰੀਆਂ ਹੋ ਗਈਆਂ, ਲੋਕਾਂ ਨਾਲ ਜ਼ਿਆਦਾ ਟੱਚ 'ਚ ਆ ਗਏ, ਕਬੂਤਰਾਂ ਨੂੰ ਸਮਝ ਟਾਈਮ ਘੱਟ ਦਿੱਤਾ ਜਾ ਰਿਹਾ ਬਾਈ। ਠੀਕ ਹੈ। ਅਤੇ
ਹੋਰ ਰਜੇਵੇਂ ਵੱਧ ਗਏ, ਹੋਰ ਰਜੇਵੇਂ ਵੱਧ ਗਏ, ਹਾਂਜੀ ਠੀਕ, ਕਬੂਤਰਾਂ ਪ੍ਰਤੀ ਵੀ ਹੋਰ ਰਜੇਵੇਂ ਵੱਧ ਗਏ, ਮੰਨ ਲਓ ਬੰਦੇ ਜ਼ਿਆਦਾ ਆਉਂਦੇ ਆ, ਬੰਦੇ ਅਟੈਂਡ ਕਰ ਆਪਾਂ ਕਰੀਏ ਜਾਂ ਕਬੂਤਰ ਬਾਜੀਓ ਕਰੀਏ, ਅਤੇ ਜੇ ਆਪਾਂ ਕਿਸੇ ਨਾਲ ਮੰਨ ਲਓ ਸਹੀ ਗੱਲਬਾਤ ਵਾਲਾ ਮਾਇੰਡ ਕਰਦਾ। ਬਿਲਕੁਲ ਬਾਈ, ਜਿਵੇਂ ਆਪਾਂ ਪਹਿਲਾਂ ਗੱਲ ਕਰੀਏ ਬਾਈ ਵੀ ਪਹਿਲਾਂ ਨਾਲੋਂ ਦੁੱਗਣੇ ਤਿੱਗਣੇ ਕਬੂਤਰ ਹੋ ਗਏ, ਅਤੇ ਬਾਈ ਵਾਲੀ ਗੱਲ ਵੀ ਜਿੰਨਾ ਬਾਈ ਦਾਇਰਾ ਵੱਧ ਗਿਆ ਹੈ ਨਾ, ਹਾਂਜੀ ਕਬੂਤਰਾਂ ਦਾ ਵੀ ਦਾਇਰਾ ਵੱਧ ਗਿਆ, ਉਸ ਹਿਸਾਬ 'ਤੇ ਲੋਕਾਂ ਨਾਲ ਵੀ ਦਾਇਰਾ ਵੱਧ ਗਿਆ, ਅਤੇ ਬਾਜ਼ੀਆਂ ਵੀ ਵੱਧ ਛੱਡਣ ਲੱਗ ਗਏ, ਹਰੇਕ ਬਾਜ਼ੀ 'ਤੇ ਅਲੱਗ ਅਲੱਗ ਬੰਦੇ ਜਾਣੇ, ਅਤੇ ਉੱਥੋਂ ਫਿਰ ਬੰਦੇ ਆਉਣੇ, ਉਰੇ ਵੀ ਕੋਈ ਮਿਲਣ ਆ ਜਾਂਦੇ ਆ। ਇਹ ਨਾ ਬਾਈ ਜਿਹੜੇ ਬਰਡਸ ਦਾ ਚੈੱਕ ਕਰਿਆ, ਜਿਵੇਂ ਪੋਲਟਰੀ ਵਾਲੇ ਆ, ਉਹ ਕਲੀ ਵਗੈਰਾ ਪਾ ਕੇ ਰੱਖਦੇ, ਸਪਰੇਆਂ ਅਸੀਂ ਵੀ ਉਵੇਂ ਕਰਦੇ ਹਾਂ, ਠੀਕ ਹੈ। ਇਹ ਜਿਵੇਂ ਕਰੋਨਾ ਵੇਲੇ ਸੀ, ਉਹ ਜਿਵੇਂ ਕਹਿੰਦੇ ਸੀ ਡਾਕਟਰ ਵੀ ਇਹ ਬਿਮਾਰੀ ਆ ਘਰੇ ਨਹੀਂ ਆਉਂਦੀ, ਤੁਸੀਂ ਆਪ ਲੈ ਕੇ ਆਓ, ਆਪ ਲੈ ਕੇ ਆਓ, ਉਵੇਂ ਹੀ ਆਪਣੇ ਕਬੂਤਰ ਵੀ ਹੁਣ ਦੋ ਵਾਰੀ ਬਿਮਾਰ ਹੋ ਗਏ। ਅੱਛਾ, ਘੁੰਮਣੀ ਬਿਮਾਰੀ ਪੈ ਗਈ ਸੀ ਇੱਕ ਵਾਰੀ, ਠੀਕ ਉਹ, ਕਿਉਂਕਿ ਕਦੇ ਹੁਣ ਆਪਾਂ ਹਰੇਕ ਬੰਦੇ ਦਾ ਨਾ ਤਾਂ ਕੋਈ ਸੱਚ ਦੱਸਦਾ, ਅਤੇ ਨਾ ਹੀ ਆਪਾਂ ਕੋਈ ਐਂ ਜੱਜ ਕਰ ਸਕਦੇ ਵੀ ਇਹਦੇ ਘਰੇ ਕਿਵੇਂ ਕਬੂਤਰ ਬਿਮਾਰ ਆ ਸਹੀ ਹੈ, ਉਹ ਜ਼ਿਆਦਾ ਆਉਣੀ ਜਾਣੀ ਕਰਕੇ ਕਬੂਤਰਾਂ ਦਾ ਨੁਕਸਾਨ ਵੀ ਬਹੁਤ ਹੋਇਆ। ਬਿਲਕੁਲ, ਇਹ ਵੀ ਗੱਲ ਹੈਗੀ ਹੈ ਬਾਈ, ਜਿਵੇਂ ਆਪਾਂ ਕਹਿ ਦਈਏ ਵੀ ਕੋਈ ਵੀ ਬੰਦਾ ਮੰਨ ਲਓ ਬਾਈ ਕੋਲ ਆਉਣ ਤੋਂ ਪਹਿਲਾਂ ਇਹ ਨਹੀਂ ਪਤਾ ਵੀ ਉਹਦੇ ਕੋਲ ਆਪਦੇ ਕੋਲ ਘਰੇ ਕਬੂਤਰਾਂ ਨੂੰ ਕੀ ਪ੍ਰੋਬਲਮ ਆ, ਜਾਂ ਆਉਂਦਾ ਆਉਂਦਾ ਰਾਹ 'ਚ ਉਹ ਕਿਹੜੇ ਕਿਹੜੇ ਹੋਰ ਬੇਜਵਾਨ ਜਾਨਵਰ ਹੈ, ਉਹਨੇ ਗੁਟਰੂ ਗੁਟਰੂ ਕਰੀ ਜਾਣਾ, ਉਹਨੂੰ ਫੇਰ ਸਮਝਣਾ ਬਾਈ ਹੈ ਨਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਈ ਕੋਲੇ ਕਬੂਤਰ ਨੇਗੇ, ਉਹਨਾਂ ਦੇ ਵਿੱਚੋਂ ਦੇਖਣਾ ਬਾਈ, ਤੇ ਬਾਈ ਹੁਣ ਤਾਂ ਸੁੱਖ ਨਾਲ ਦੇਖਿਆ ਮੈਂ ਤਾਂ ਵੀ ਬੰਦਿਆਂ ਦਾ ਤਾਮਾ ਜਾਂ ਮਈ ਬਹੁਤ ਹੋ ਗਿਆ ਹੈ ਨਾ, ਸਾਰੇ ਭਰਾ ਹੀ ਹੈ ਜੀ ਆਪਣੇ, ਦੋ ਤਿੰਨ ਮੁੰਡੇ ਕਬੂਤਰ ਡਾਉਣ ਵਾਲੇ ਆ, ਠੀਕ ਹੈ ਬਾਈ, ਬਾਕੀ ਦੋ ਤਿੰਨ ਆਪਣੇ ਭਰਾ ਹੀ ਆ, ਉਹ ਆਪਣੇ ਕੋਲ ਜ਼ਿਆਦਾ ਇੱਥੇ ਹੁੰਦੇ ਆ, ਠੀਕ ਹੈ, ਅਤੇ ਜਿਹੜੀ ਗੱਲ ਹੈ ਆਪਾਂ ਜਿਹੜੇ ਆਪਣੇ ਸੀਨੀਅਰ ਬੰਦੇ ਆ ਉਹ ਮੈਨੂੰ ਇਹ ਗਾਈਡ ਕਰਦੇ ਆ ਵੀ ਯਾਰ ਤੂੰ ਥੋੜ੍ਹਾ ਆਉਣਾ ਜਾਣਾ ਘਟਾ, ਠੀਕ ਹੈ, ਅਤੇ ਵੀ ਉੱਧਰ ਕਬੂਤਰਾਂ ਦਿਖਾਇਆ ਕਰ, ਇੱਧਰ ਹੀ ਬਿਠਾ ਕੇ ਮੋੜ ਦੇ, ਪਰ ਮੈਂ ਵੀ ਇਸ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ, ਪਰ ਜਿਹੜਾ ਮੇਰਾ ਦਿਲ ਮਾਣਾ ਕਹਿੰਦਾ ਵੀ ਯਾਰ ਜਿਹੜਾ ਕਬੂਤਰ ਵਾਲਾ ਬੰਦਾ ਉਹ ਤਾਂ ਕਬੂਤਰ ਦੇਖਣੀ ਆਉਂਦਾ, ਕਬੂਤਰ ਦੇਖ, ਮੈਥੋਂ ਅਗਲੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ, ਉਸੇ ਗੱਲ ਦਾ ਮੈਂ ਨੁਕਸਾਨ ਚੱਲਿਆ, ਠੀਕ ਹੈ ਬਾਈ, ਹਾਂਜੀ, ਵੀ ਕਿਤੇ ਨਾ ਕਿਤੇ ਆਪਾਂ ਕਹੀਏ ਬਾਈ ਬਾਈ ਨੇ ਆਪਦੇ ਸਾਫ਼ ਦਿਲ ਦਾ ਖਮਿਆਜਾ ਭੁਗਤਿਆਗਾ ਵੀ ਕੋਈ ਵੀ ਬੰਦਾ ਉਰੇ ਆਉਂਦਾ ਤਾਂ ਉੱਧਰ ਲੈ ਜਾਂਦੇ ਆ, ਇਹਨਾਂ ਨੂੰ ਬਾਈ ਵਾਇਰਸ ਨਾਲ ਨਹੀਂ ਆਪਾਂ ਕਹੀਏ ਵੀ ਕਿਸੇ ਦੇ ਵੀ ਕੋਈ ਆਉਂਦਾ ਬੰਦਾ ਬਾਹਰੋਂ ਹੈ ਨਾ, ਜਿਹੜੀ ਬਾਈ ਘੁੰਮਣੀ ਬਿਮਾਰੀ ਹੈ ਜਿਹੜੇ ਜ਼ਿਆਦਾ ਜਿਹੜੇ ਮਤਲਬ ਡੇਂਜਰ ਡਿਜ਼ੀਜ਼ ਨੇ ਉਹ ਬਾਈ ਜਿਹੜੇ ਜਿਵੇਂ ਆਪਾਂ ਕਹਿੰਦੇ ਵਾਇਰਸ ਆ ਗਿਆ ਉਹ ਛੂਤ ਦੇ ਜਿਵੇਂ ਉਵੇਂ ਹੀ ਆਉਂਦੇ ਆ, ਠੀਕ ਹੈ, ਹਾਂਜੀ ਉਸੇ ਨਾਲ ਹੀ, ਹਾਂਜੀ ਉਹੀ ਕੱਪੜੇ, ਚਲੋ ਹੁਣ ਤਾਂ ਸਭ ਕੁਛ ਸੁੱਕ ਗਿਆ ਬਈ, ਠੀਕ ਨਹੀਂ, ਪਰਮਾਤਮਾ ਦੀ ਮਿਹਰ ਹੈ ਜੀ, ਬਿਲਕੁਲ, ਬਾਕੀ ਚਲੋ ਬਈ ਮੈਂ ਵੀ ਬੇਨਤੀ ਕਰਦਾ ਆਪਦੇ ਵੱਲੋਂ ਹਨਾ ਵੀ ਜਿਹੜੇ ਕਬੂਤਰਾਂ ਵਾਲੇ ਵੀਰ ਨੇ ਉਹਨਾਂ ਦਾ ਪਤਾ ਹੀ ਹੁੰਦਾ ਹਨਾ ਵੀ ਕਿੰਨੀ ਰੱਖ ਰਖਾਵ ਕਿੰਨਾ ਹੋਵੇਗਾ, ਅਤੇ ਬਾਕੀ ਬਾਈ ਦੇ ਸਾਰੇ ਕਬੂਤਰ ਆਪਾਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਦਾਂਗੇ, ਉੱਪਰ ਤੁਸੀਂ ਦੇਖੀ ਜਾਓਗੇ ਕਲਿੱਪ ਚੱਲਦੇ ਨੇ, ਅਤੇ ਬਾਈ ਐਤਕੀ ਬਾਜ਼ੀਆਂ ਸ਼ੁਰੂ ਹੋਣ ਵਾਲੀਆਂ ਹੋ ਗਈਆਂ, ਬਹੁਤ ਵੀਰਾਂ ਨੂੰ ਇੰਤਜ਼ਾਰ ਹੈ ਵੀ ਚੀਨੇ ਬਾਈ ਨੇ ਸਿਸਟਮ ਵੱਡਾ ਕਰ ਲਿਆ ਐਤਕੀ, ਫਿਰ ਬਾਈ ਹਰ ਇੱਕ ਬਾਜ਼ੀ ਦੇ ਵਿੱਚ ਕੰਪੀਟੀਸ਼ਨ ਲੜਨਾ ਜਾਂ ਕਿਵੇਂ ਆ ਬਾਈ ਸਿਸਟਮ ਬਾਈ, ਕੀ ਤਿਆਰੀ ਆ ਬਾਈ ਐਤਕੀ ਵਾਲੀ? ਬਾਈ ਐਕਸਟਰਾ ਤਿਆਰੀ ਕੋਈ ਨਹੀਂ, ਹਰ ਸਾਲ ਵਾਂਗੂ ਉਵੇਂ ਜਿਵੇਂ ਮਤਲਬ ਹਰ ਵਾਰ ਹੁੰਦਾ ਉਹੀ ਸਿਸਟਮ ਹੈ ਜੀ, ਠੀਕ ਹੈ, ਜਿਹੜਾ ਸਿਸਟਮ ਵੱਡਾ, ਕਈ ਬੰਦੇ ਬਹੁਤ ਲੋਕਾਂ ਦੇ ਮਨ 'ਚ ਇਹ ਸਵਾਲ ਆ ਜੀ ਬਾਈ, ਮੈਨੂੰ ਬੰਦੇ ਆਪ ਸਿੱਧਾ ਨਹੀਂ ਕਰਦੇ, ਲੋਕ ਪੁੱਛਦੇ ਆ ਚੀਨਾ ਕੰਮ ਕੀ ਕਰਦਾ, ਉਹ ਇੰਨਾ ਪੈਸਾ ਕਿੱਥੋਂ ਲਿਆਉਂਦਾ, ਮੈਂ ਉਹ ਦੱਸਦਾ ਇੱਕ ਵਾਰੀ ਸੱਚ ਤੇਰੇ ਬਾਰੇ ਐਤਕੀ, ਮੈਂ ਹੋਰ ਥੋੜ੍ਹੀ ਜਿਹੀ ਗੱਲ ਉੱਡੀ ਦੇਖੀ ਹੈ, ਹਾਂਜੀ, ਅਤੇ ਪਤਾ ਨਹੀਂ ਮੈਨੂੰ ਸਹੀ ਆ ਖਣੀ ਕਿਵੇਂ, ਮੈਂ ਵੀ ਸੋਚਿਆ ਮੈਂ ਯਾਰ ਬਾਈ ਨੂੰ ਪੁੱਛੂ ਜਾ ਕੇ, ਚਲੋ ਤੁਸੀਂ ਗੱਲ ਕਰ ਲਈ, ਕਹਿੰਦੇ ਵੀ ਚੀਨਾ ਵੀ 5-5 ਲੱਖ ਦੇ ਕਬੂਤਰ ਲਿਆ, 3-3 ਲੱਖ ਦੇ ਹੈ ਬਾਈ, ਉਹ ਮੈਂ ਬਾਈ ਸਾਰੀ ਗੱਲ ਕਲੀਅਰ ਕਰਦਾ, ਬਾਹਲੇ ਬੰਦਿਆਂ ਨੂੰ ਗਲਤ ਫਹਿਮੀ ਹੈ, ਉਹ ਮੈਨੂੰ ਸਿੱਧਾ ਸਵਾਲ ਕੋਈ ਨਹੀਂ ਕਰਦਾ, ਜਿਵੇਂ ਤੁਹਾਨੂੰ ਪੁੱਛਿਆ ਉਹਦਾ ਕੰਮ ਕੀ ਹੈ, ਬਾਈ ਜਿੰਨੇ ਕੁ ਪੈਸੇ ਮੈਂ ਜਿੱਤਿਆ ਮੈਂ ਘਰੇ ਪੰਜੀ ਨਹੀਂ ਦਿੱਤੀ, ਘਰ ਦੇ ਮੈਨੂੰ ਗਾਲਾਂ ਕੱਢਦੇ ਆ, ਸਾਰੇ ਇੱਥੇ ਲਾਤੇ, ਠੀਕ ਹੈ, ਆਹੀ ਜਾਨਵਰਾਂ ਤੋਂ ਜਿੱਤਿਆ ਸੀ ਇੱਥੇ ਹੀ ਲਾਤੇ, ਜੇ ਮੈਂ ਕਹਿੰਦਾ ਕੋਈ ਮੇਰਾ ਬੈਂਕ ਬੈਲੈਂਸ ਹੈ ਜਾਂ ਕੁਛ ਹੋਇਆ ਮੇਰੇ ਪੱਲੇ ਕੱਖ ਨਹੀਂ। ਰਹੀ ਗੱਲ ਕਬੂਤਰ ਮੁੱਲ ਲੈਣ ਦੀ, ਜਿਹੜੇ ਬਾਈ ਉਹ ਚੱਕ ਵਕਤ ਤੋਂ ਕਬੂਤਰ ਲਏ ਸੀ ਉਹ ਗੁੱਟੀਆਂ ਨੇਗੀਆਂ 7, ਉਹ 100-100 ਦੀਆਂ ਗੁੱਟੀਆਂ ਨੇ,
ਨਾ ਕਿ 50-50 ਹਜ਼ਾਰ ਦੀਆਂ ਬੰਦੇ ਕਹਿੰਦੇ 3.5 ਲੱਖ ਦੇ ਲੈ ਲਏ। ਉਹ ਮੈਂ ਨਹੀਂ ਲਏ ਸੀ, ਉਹ ਬਿੱਟੂ ਧਮੋਟ ਆ ਬਾਈ ਕੈਨੇਡਾ 'ਚ ਰਹਿੰਦਾ, ਉਹਨੇ ਲਏ ਸੀ। ਮੈਂ ਤਾਂ ਜਾ ਕੇ ਵੀ ਉਹਨਾਂ ਨੂੰ ਮੇਰੇ 'ਤੇ ਯਕੀਨ ਸੀਗਾ ਵੀ ਬੰਦਾ ਆਪਣੇ ਨਾਲ ਕੋਈ ਉਹ ਨਹੀਂ ਕਰਦਾ, ਉਹਨੂੰ ਲਿਆ ਕੇ ਦਿੱਤੇ ਸੀ। ਠੀਕ ਹੈ, ਜਿਹੜੇ ਹੁਣ ਕਬੂਤਰ ਲਏ ਆ ਫਜ਼ਲੇ ਕੇ, ਉਹ ਬਾਈ ਤੁਹਾਡੀ ਗੱਲ ਮੈਂ ਵਿੱਚ ਰੱਖਦਾ ਵੀ ਉਹ 100-100 ਵਾਲੀਆਂ ਗੁੱਟੀਆਂ ਸੀ, ਬਣ 500-500 ਵਾਲੀਆਂ ਗਈਆਂ, ਉਹ ਬਣ 500-500 ਵਾਲੀਆਂ ਗਈਆਂ। ਉਹ ਫੋਟੋ ਦਾ ਕੀ ਮਸਲਾ ਹੋਇਆ ਬਾਈ? ਉਹ ਇੱਕ ਉੱਥੇ ਮੁੰਡਾ, ਉਹ ਵੀਡੀਓ ਦੇਖੂ ਉਹਨੂੰ ਪਤਾ ਵੀ ਲੱਗ ਜੂ ਜਿਹਦੀ ਮੈਂ ਗੱਲ ਕਰਦਾ। ਉਹਨਾਂ ਜਿਵੇਂ ਪੜਦੇ ਨਾਲ ਵੀਡੀਓ ਬਣਾਈ ਜਾਂਦਾ ਸੀ। ਠੀਕ ਹੈ, ਮੈਂ ਕਿਹਾ ਯਾਰ ਵੀ ਆਪਾਂ ਕਿਹੜਾ ਕੋਈ ਚੋਰੀ ਕਰਦੇ ਹਾਂ, ਪੈਸੇ ਦਿੱਤੇ ਆ, ਨਗਦ ਚੀਜ਼ ਲਈ ਹੈ, ਵੀ ਤੂੰ ਉਹ ਸ਼ਰਿਆਮ ਵੀ ਬਣਾ ਲਾ। ਉਹ ਫੋਟੋ ਵਾਇਰਲ ਹੋ ਗਈ। ਠੀਕ ਹੈ, ਉਹ 100-100 ਦੀਆਂ ਗੁੱਟੀਆਂ ਸੀ, ਜਦੋਂ ਮਰਜ਼ੀ ਉਹਨਾਂ ਨੂੰ ਪੁੱਛ ਸਕਦਾ। ਇੱਕ ਤਾਂ ਬੰਦਾ ਵਡਿਆਈ ਕਰਦਾ, ਮੈਂ ਸਾਡੇ ਤਾਂ, ਮੈਂ ਤਾਂ ਸੱਚੀ ਗੱਲ ਦੱਸਦਾ ਬਾਈ, ਉਹ ਤਾਂ ਪਤਾ ਨਹੀਂ 12-13 ਕਬੂਤਰ ਸੀ, ਸ਼ਾਇਦ ਇੰਨੇ ਦੇ ਲਏ ਆ। ਮੇਰੇ ਕਬੂਤਰਾਂ ਦਾ ਫਰਕ ਰਹਿ ਸਕਦਾ, ਪੈਸਿਆਂ ਦਾ ਕੋਈ ਫਰਕ ਨਹੀਂ। ਠੀਕ ਹੈ, ਘੱਟ ਵੱਧ ਕਬੂਤਰ ਹੋ ਸਕਦਾ, ਪੈਸਿਆਂ ਦਾ 100 ਵੱਧ ਨਹੀਂ ਸੀ ਵੀ ਉਹ ਆਪਾਂ ਕਹਿ ਦਈਏ ਵੀ ਇੱਕ ਲੋਕਾਂ 'ਚ ਹੋਆ ਹਾਂਜੀ, ਹੈ ਨਾ। ਉਹ ਚਲੋ ਗਾਂਹ ਲਿਖ ਕੇ ਪਾਉਂਦੇ ਲੋਕ ਇੰਨੇ ਦੇ, ਜਿਹੜੀ ਹੁਣ ਗੱਲ ਹੈ ਜੀ। ਜਾਂ ਕਈ ਵਾਰ ਬਾਈ ਤੈਨੂੰ ਇੱਕ ਹੋਰ ਗੱਲ ਦੱਸਾਂ, ਮੈਂ ਇੱਕ ਮਿੰਟ, ਜਿਹੜੇ ਸਾਡੇ ਬੰਦੇ ਯੂਟਿਊਬਰ ਹੁੰਦੇ ਨਾ, ਮੈਂ ਤੁਹਾਨੂੰ ਸਾਡੇ ਬੰਦਿਆਂ ਦੀ ਵੀ ਗੱਲ ਦੱਸਦਾ। ਸਾਨੂੰ ਕੀ ਹੁੰਦਾ ਵੀ ਜੇ ਕੰਟੈਂਟ ਵਾਇਰਲ ਹੋਵੇ, ਤੁਹਾਡੇ ਵਾਲੀ ਗੱਲ ਵੀ ਉਹ, ਸਾਨੂੰ ਐਂ ਹੁੰਦਾ ਬਾਈ ਕੰਟੈਂਟ ਵਾਇਰਲ ਹੋਵੇ, ਸਾਨੂੰ ਐਂ ਹੁੰਦਾ ਵੀ ਅਸੀਂ 50,000 ਵਾਲੀ ਚੀਜ਼ ਨੂੰ 5 ਲੱਖ ਦੀ ਦੱਸ ਦਈਏ, 10 ਲੱਖ ਦੀ ਦੱਸ ਦਈਏ। ਤੁਹਾਨੂੰ ਗਾਂਹ ਦੱਸਦਾ, ਜਿਹੜੇ ਹੁਣ ਕਬੂਤਰ ਲਏ ਆ ਜੀ, ਹਾਂਜੀ ਬਾਈ ਫਾਜ਼ਿਲਕਿਆਂ ਤੋਂ, ਉਹ ਮੁੰਡਾ ਜੱਸ ਹੈ ਜੀ, ਕੈਨੇਡਾ ਰਹਿੰਦਾ, ਗਿਆਸ ਪਿੰਡ ਆ ਉਹਦਾ। ਠੀਕ ਹੈ, ਉਹਨੇ ਲਏ ਆ। ਮੈਂ ਵਿੱਚ ਇੱਕ ਕਬੂਤਰ ਰੱਖਿਆ ਜਿਹੜਾ ਸਗਰਾਣੇ ਵਾਲਾ ਸੀ, ਉਹ ਮੈਂ 20,000 ਰੁਪਏ ਦਾ ਲਿਆ ਜੀ। ਠੀਕ, ਅਤੇ 10 ਦਿਨਾਂ ਦੇ ਆਧਾਰ 'ਤੇ ਲਿਆ ਸੀ। ਠੀਕ ਹੈ, ਵੀ 10 ਦਿਨਾਂ ਨੂੰ ਪੈਸੇ ਪਵਾਊਂਗਾ, ਜਦੋਂ ਮਰਜ਼ੀ ਕੋਈ ਬਾਈ ਫਾਜ਼ਿਲਕਿਆਂ ਨੂੰ ਜਾ ਕੇ ਉਹ ਗੱਲ ਪੁੱਛ ਲਏ। ਠੀਕ ਹੈ, ਉਹ ਜਿੰਨੇ ਮਰਜ਼ੀ ਦੀ, ਮੇਰਾ ਜਿਹੜੀ ਸੱਚਾਈ ਹੈ ਆ ਜੀ, ਇਹ ਹੈ ਬਾਈ। ਅਤੇ ਜਿਹੜੀ ਗੱਲ ਉਹਦੀ ਹੈ ਵੀ ਪਤਾ ਨਹੀਂ ਕੀ ਕਰਦਾ ਕੀ ਨਹੀਂ ਕਰਦਾ, ਤੁਹਾਨੂੰ ਦੱਸਤਾ ਵੀ ਜਿਹੜਾ ਕੋਈ ਮੇਰਾ ਚੇਲਾ ਬਣਨ ਵਾਲਾ ਦੇ ਗਿਆ ਉਹ ਵੀ ਇੱਥੇ ਲਾਤੇ, ਜਿਹੜਾ ਕੋਈ ਮੈਂ ਬਜਤ ਗਿਆ ਉਹ ਵੀ ਇੱਥੇ ਲਾਤੇ, ਉਹ ਵੀ ਇੱਥੇ ਲਾਤੇ। ਹਾਂਜੀ, ਉਹੀ ਮੇਰੇ ਕੋਲ ਕਾਰ ਆ, ਉਹੀ ਸਾਰਾ ਕੁਛ ਹੈ। ਠੀਕ ਹੈ, ਨਾ ਘਰਦਿਆਂ ਨੂੰ ਮੇਰੀ ਸਪੋਰਟ, ਨਾ ਘਰਦਿਆਂ ਦੀ ਮੈਨੂੰ ਸਪੋਰਟ ਆ ਜੀ। ਹਾਂ, 20,000 ਤਾਂ ਨੰਗਦੇ ਨੰਗ ਹੀ ਨਹੀਂ ਗਏ ਜਿਹੜੀ ਸੱਚੀ ਗੱਲ। ਹਾਂ, ਵੀ ਕਬੂਤਰਾਂ ਤਾਂ ਹੋ ਗਈ ਤੇ ਇਹਨਾਂ ਦੀ ਲਾਤੇ ਜਮਾਂ ਇੱਥੇ, ਆਹੀ ਉਹ ਹੈ ਜੀ ਜਿਹੜੇ ਮੇਰੇ ਨਾਲ ਆ ਸਾਰੇ ਬੰਦਿਆਂ ਨੂੰ ਪਤਾ। ਅਸਲ 'ਚ ਇੱਕ ਕੀ ਗੱਲ ਹੁੰਦੀ ਆ ਨਾ ਬਾਈ, ਮੈਂ ਤੁਹਾਨੂੰ ਦੱਸਦਾ, ਐਂ ਜ਼ਰੂਰ ਹੁੰਦਾ ਵੀ ਜੇ ਸੁੱਖੀ ਨੂੰ ਕਹਿੰਦਾ ਸੁੱਖੀ ਬਾਂਹ ਛੱਡਣੇ 2 ਲੱਖ ਰੁਪਏ ਦੇ ਦੇ, ਸੁੱਖੀ ਨੂੰ ਪਤਾ ਵੀ ਇਹ 2 ਲੱਖ ਜਿੱਤ ਲੂਗਾ ਤੇ ਮੋੜ ਦੂਗਾ ਆਪਣੇ, ਉਹ ਨਾਲ ਭਰਾ ਹੈਲਪ ਕਰ ਦਿੰਦਾ। ਉਹ ਜਿਹਾ ਫਿਰ ਬਾਈ ਤੁਹਾਡਾ ਸਰਕਲ ਵੀ ਹੈਗਾ ਨਾ। ਹਾਂਜੀ ਬਿਲਕੁਲ ਬਾਈ, ਉਹ ਜੇ ਮੈਂ ਕਹਿੰਦਾ 6 ਮਹੀਨੇ ਬਾਅਦ, 6 ਮਹੀਨੇ ਵਾਸਤੇ ਨਹੀਂ, ਉਹ ਪਤਾ ਵੀ ਬਾਜ਼ੀਆਂ ਹੁਣ ਨੇ ਮੌਕੇ ਦੇ ਦੇਣ ਦੇ ਬਾਅਦ ਵੀ ਉਹ ਵੀ ਚਲਾਇਆ ਵੀ ਬਦਾਮ ਬਦੂਮ ਮੰਗਾਉਣੇ ਹੁੰਦੇ ਆ। ਹਾਂਜੀ ਹਾਂਜੀ ਬਿਲਕੁਲ, ਉਹ ਜਿਹਾ ਫਿਰ ਭਰਾਵੋ ਯਾਰਾਂ ਮਿੱਤਰਾਂ ਨਾਲ ਸਰਕਲ ਵੀ ਹੁੰਦਾ। ਹਾਂਜੀ, ਜੇ ਆਪਾਂ ਕਹੀਏ ਜਿਵੇਂ ਮੱਥੇ ਤੇ ਉਹਦੀ ਜਮਾ ਨਹੀਂ ਪਾਈਦੀ ਬਈ, ਜੇ ਭਰਾਵਾਂ ਨਾਲ ਭਰਾਵਾਂ ਵਾਂਗੂ ਵਰਤੀਦਾ। ਬਿਲਕੁਲ, ਵੀ ਯਾਰ ਹੀ ਮਰੂ ਮਰੂ ਨਹੀਂ ਕਰੀਦਾ ਜਮਾ। ਹਾਂਜੀ ਸਹੀ ਗੱਲ, ਵੀ ਮਰੂ ਮਰੂ ਗੋਰਿਆਂ ਵਾਲਾ ਲਿਵਿੰਗ ਸਟਾਈਲ ਆ ਜਮਾ, ਜਮਾ ਅੰਗਰੇਜ਼ਾਂ ਵਾਲਾ ਲਿਵਿੰਗ ਸਟਾਈਲ ਆ, ਜਿੰਨੇ ਆ ਗਏ ਉਹਨੇ ਡਾ ਤੇ ਤੜਕੇ ਜਾ ਕੇ ਤੋਂ ਫੜਨੇ ਹੋ ਜਾਣਾ। ਸਹੀ ਗੱਲ ਆ, ਵੀ ਜੇਬ ਦੇ ਵਿੱਚ ਚਾਹੇ ਕੁਛ ਨਾ ਹੋਵੇ ਪਰ ਚੜ੍ਹਦੀ ਕਲਾ ਸਿਸਟਮ ਆ। ਹਾਂਜੀ, ਕਹਿੰਦੇ ਆਪਣੇ ਗੁਰੂਆਂ ਨੇ ਵੀ ਕਿਹਾ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ, ਚਾਹੇ ਜੇਬ ਦੇ ਵਿੱਚ ਦੁਆਨੀ ਨਾ ਹੋਵੇ। ਅਸਲ 'ਚ ਕੀ ਆਣਾ ਬਾਈ, ਅੱਜ ਕੱਲ੍ਹ ਜਿਹੜਾ ਸਿਸਟਮ ਆ, ਮੰਨ ਲਓ ਜਿਵੇਂ ਹੁਣ ਕਬੂਤਰਾਂ ਦਾ ਕੰਮ ਵੱਡਾ ਕਰ ਲਿਆ, ਹੈ ਨਾ, ਹਰੇਕ ਬੰਦੇ ਨੂੰ ਦੇਖ ਕੇ ਲੱਗਦਾ, ਜਿਵੇਂ ਮੈਂ ਵੀ ਬਾਈ ਨੂੰ ਪੁੱਛਿਆ ਆਪਣੇ ਖਿਆਲੇ ਵਾਲੇ ਚੀਨੇ ਨੂੰ, ਮਹਾਂ ਵੀ ਆਹ ਰੰਗ ਰੁੰਗ ਸਾਰਾ ਬਾਈ ਨੇ ਕਰਾਇਆ, ਜਿਹੜਾ ਦੂਜਾ ਘਰ ਉਹ ਸੀਗਾ, ਉਹ ਕਹਿੰਦਾ ਉਹਨੇ ਦੱਸਿਆ ਵੀ ਪਹਿਲਾਂ ਇਹ ਕਰਕੇ ਕੈਪਟਨ ਸਾਹਿਬ ਸੀਗੇ ਆਪਣੇ, ਵੀ ਉਹਨਾਂ ਦਾ ਘਰ ਸੀਗਾ, ਕਹਿੰਦਾ ਬਾਈ ਪਹਿਲਾਂ ਤੋਂ ਹੀ ਤਾਂ ਆਪਣੇ ਨਾਲ ਨਾ ਅੰਕਲ ਆਂਟੀ ਹੈ ਇੱਕ ਬਜ਼ੁਰਗ ਨੇ। ਠੀਕ ਹੈ, ਉਹਨਾਂ ਦਾ ਬੇਟਾ ਐਕਸਪਾਇਰ ਹੋ ਗਿਆ ਅਤੇ ਉਹਨਾਂ ਬੇਟੀ ਮੈਰਿਡ ਹੈ, ਉਹ ਦੋਨੇ ਜਾਣੇ ਰਹਿੰਦੇ ਨੇ। ਠੀਕ ਹੈ, ਉਹਨਾਂ ਕੋਲ ਜਗ੍ਹਾ ਜ਼ਿਆਦਾ ਸੀ, ਇਹ ਡੂੰਘਾ 4 ਫੁੱਟ ਆਪਣੇ ਨੂੰ, ਅਤੇ ਆਪਾਂ ਨੂੰ ਕਬੂਤਰਾਂ ਵਾਸਤੇ ਮਾੜਾ ਵੀ ਕੀ ਹੈ। ਬਿਲਕੁਲ, ਉਹ ਰੰਗ ਰੁੰਗ ਜਿਹਾ ਕਰਕੇ ਬਾਈ ਉਹਦੇ 'ਤੇ ਲੇਪਾ ਪੁੱਚੀ ਕਰਕੇ ਉਹਨਾਂ ਆਪਾਂ ਜਾਇਜ਼ ਰੇਟ ਦਿੱਤਾ, ਵੀ ਬਾਕੀ ਵੀ ਜਿਹੜੇ ਰਹਿੰਦੇ ਪੈਸੇ ਸਾਨੂੰ ਉਧਾਰੇ ਉਹਨਾਂ ਨੂੰ ਬਾਜ਼ੀਆਂ ਬੜੇ ਦੇ ਦੀ। ਠੀਕ ਹੈ, ਜੇ ਉਹ ਵੀ ਗੱਲ ਐਂ ਕਰੀ ਜੇ ਜਿੱਤ ਗਿਆ, ਠੀਕ ਹੈ, ਉਹ ਰੰਗ ਰੁੰਗ ਜਿਹਾ ਜਿਹੜਾ ਕਰਤਾ ਉਹ 'ਚ ਐਂ ਲੱਗਦਾ ਵੀ ਪਤਾ ਨਹੀਂ ਚੀਨਾਂ ਨੇ ਪੀਓ ਨੂੰ ਕਲੱਬ ਬਣਾਤਾ ਹੋਣਾ ਬਾਈ, ਜਿਵੇਂ ਲਾਲ ਚਿੱਟਾ ਜਿਹਾ ਰੰਗ ਇਹ ਬਾਹਲਾ ਉੱਠਦਾ ਵਾਲਾ,
ਦੰਦਾ ਹੀ ਲੈ ਪੈਂਦਾ ਇੱਕ ਨਜ਼ਰ ਦੰਦਾ ਦੋ ਚੀਜ਼ਾਂ ਬਹੁਤ ਮਾੜੀਆਂ ਨੇ। ਅਗਲਾ ਕਹਿੰਦਾ ਮੈਨੂੰ ਮੇਰੇ ਐਂਟੀ ਬੰਦੇ ਨੇ ਵੀ ਵਾਰੀ ਜਿਹੜੇ ਊਂ ਤਾਂ ਮੇਰੇ ਐਂਟੀ ਨੇ ਪਰ ਮੈਨੂੰ ਗੱਲਬਾਤ ਕਰ ਲੈਂਦੇ ਨੇ ਉਹ ਕਹਿੰਦੇ ਸਾਨੂੰ ਯਾਰ ਲੋਕ ਐਂ ਪੁੱਛੀ ਜਾਂਦੇ ਸਾਰੀ ਜਿਹੜੀ ਗੱਲ ਹੁੰਦੀ ਆ ਵੀ ਕੱਢ ਕੇ ਮੂਹਰੇ ਰੱਖ ਦਿੰਦੇ ਵੀ ਭਰਾਵੋ ਆਹ ਚੀਜ਼ ਆ ਗਏ। ਬਾਕੀ ਜਿਵੇਂ ਬਾਈ ਨੇ ਕਿਹਾ ਤੁਸੀਂ ਬਾਈ ਕਦੋਂ ਮਰਜ਼ੀ ਆਓ ਬਾਈ ਨਾਲ ਗੱਲਬਾਤ ਕਰਕੇ ਦੇਖੋ ਤੇ ਐਤਕੀ ਬਾਈ ਆਪਾਂ ਕਬੂਤਰਾਂ ਵਾਲੇ ਮਸਲੇ 'ਤੇ ਫੇਰ ਆਉਣੇ ਆਪਣੇ ਵੀਰ ਕਹਿਣਗੇ ਵੀ ਕਬੂਤਰਾਂ ਵਾਲੀ ਉਹ ਨਹੀਂ ਕਰੀ ਹੈਗੀ ਵੀ ਕਿਤੇ ਨਾ ਕਿਤੇ ਬੰਦੇ ਕਹਿਣਗੇ ਵੀ ਚੀਨਾ ਦੂਜੇ ਪਾਸੇ ਗੱਲ ਲੈ ਗਿਆ ਵੀ ਕਬੂਤਰਾਂ ਦੀ ਕੀ ਕੀ ਤਿਆਰੀ ਕਰੀ ਆ ਖਾਣ ਪੀਣ ਦੀ ਉਹਨਾਂ ਨੂੰ ਕਬੂਤਰਾਂ ਦੇ ਬਾਈ ਟਰੀਆਂ ਹੁਣ ਟਾਈਮ ਹੈਗਾ 4:30 ਦਾ 6 ਵਜੇ ਚੱਕਾਂਗੇ ਠੀਕ ਹੈ ਕੈਮਰਾ ਮਰਵਾ ਦਿਓ ਕੈਮਰਾ ਮਾਰ ਦਿਓ ਸਾਰੇ ਬੰਦੇ ਦਿਖਾ ਦਿਓ ਆਹ ਦਾਣੇ ਪਾਉਣੇ ਆ ਆਪਣਾ 1% ਦਾ ਪੜਦਾ ਨਹੀਂ ਠੀਕ ਹੈ ਪ੍ਰੋਪਰ ਬਾਈ ਕਬੂਤਰਾਂ ਦੀ ਸਾਂਸ ਜਿਹੜੇ ਉੱਡਣ ਵਾਲੇ ਆ ਉਹਨਾਂ ਨੂੰ ਕਣਕ ਬਦਾਮ ਸਾਰਿਆਂ ਨੂੰ ਪਤਾ ਜੀ ਠੀਕ ਹੈ ਡੀਵਾਰਮਿੰਗ ਐਤਕੀ ਐਵੀਟ੍ਰੋਲ ਆਉਂਦੀ ਹੈ ਇੱਕ ਉਹਦੇ ਨਾਲ ਕੀਤੀ ਹੈ ਜੀ ਉਹ ਆਸਟ੍ਰੇਲੀਆ ਤੋਂ ਮਿਲਦੀ ਹੈ ਇੱਕ ਭਰਾ ਨੇ ਲਿਆ ਕੇ ਦਿੱਤੀ ਸੀ ਠੀਕ ਹੈ ਡੀਵਾਰਮ ਉਹਦੇ ਨਾਲ ਕੀਤੀ ਹੈ ਜੀ ਉਹਨੇ ਗਲਜੇ 'ਚੋਂ ਵੀ ਪੱਥਰ ਪੁੱਟ ਜੋ ਪੱਥਰ ਜੇ ਕੱਢੇ ਅਤੇ ਬਿੱਠਾ ਨਾਲ ਜੀ ਮੜੱਪ ਕੱਢੇ ਠੀਕ ਹੈ ਬਦਾਮ ਜੀ ਸਾਡੇ ਮਾਨਸਾ ਦੁਕਾਨ ਹੈ ਥੋਕ ਦਾ ਕੰਮ ਹੈ ਡੀ ਕੇ ਫਰਮ ਹੈ ਬਦਾਮ ਮੈਂ ਉੱਥੋਂ ਲੈਂਦਾ ਜੀ ਸਾਰੇ ਜਿਹੜੇ ਨੇੜੇ ਦੇ ਉਹਨਾਂ ਨੂੰ ਉੱਥੋਂ ਦਵਾਉਣਾ ਇਹ ਵਾਲਾ ਵੱਡਾ ਵਹਿਮ ਹੁੰਦਾ ਜੀ ਬਦਾਮ ਕੌਣ ਕਿੱਥੋਂ ਕੋਈ ਦਿੱਲੀਓਂ ਲਿਆਉਂਦਾ ਕੋਈ ਜਗਰਾਉਂ ਤੋਂ ਕੋਈ ਰਾਏਕੋਟ ਤੋਂ ਮੈਂ ਜੀ ਥਾਣੇ ਦੇ ਨਾਲ ਵਾਲੀ ਜਿਹੜੀ ਜੀ ਦੁਕਾਨ ਹੈ ਥੋਕ ਦੀ ਉੱਥੋਂ ਲੈਂਦਾ ਠੀਕ ਹੈ ਕਣਕ ਮੈਨੂੰ ਐਤਕੀ ਪਿੰਡ 'ਚੋਂ ਮਾੜੀ ਮਿਲ ਗਈ ਸੀ ਦਵਾਈ ਲੱਗੀ ਵਾਲੀ ਮੇਰੇ ਸਾਰੇ ਕਬੂਤਰ ਬਿਮਾਰ ਹੋ ਗਏ ਸੀ ਕਣਕ ਹੁਣ ਦੂਜੀ ਲਈ ਹੈ ਠੀਕ ਹੈ ਐਮ ਪੀ ਵਾਲੀ ਬਾਜ਼ੀਆਂ ਵਾਸਤੇ ਬਾਜ਼ੀਆਂ ਹਾਂਜੀ ਕਿਉਂਕਿ ਸਾਰੇ ਸਾਲ ਦੀ ਮਿਹਨਤ ਹੈ ਜੀ ਜੇ ਜਿੱਤਾਂਗੇ ਤਾਂ ਹੀ ਸਾਰਾ ਸੀਜ਼ਨ ਦਾ ਖਰਚਾ ਨਿਕਲੂਗਾ ਨਹੀਂ ਤਾਂ ਜਿਹੜੇ ਜਿੰਨੇ ਬੰਦੇ ਹੈ ਸਾਰਿਆਂ ਨੂੰ ਨਿਰਾਸ਼ਾ ਪੈਦਾ ਹੋਊਗੀ ਇੱਥੇ ਮੈਂ ਜਿੰਦਾ ਲੱਗ ਜੀ ਬਿਲਕੁਲ ਜਦੋਂ ਕੋਲ ਪੈਸੇ ਨਾ ਹੋਏ ਸਹੀ ਗੱਲ ਹੋਵੇ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਅਤੇ ਬਾਕੀ ਬਾਈ ਜਿਵੇਂ ਇਹ ਬਾਜ਼ੀਆਂ ਦੇ ਕਬੂਤਰ ਹੋ ਗਏ ਹਾਂਜੀ ਅਤੇ ਇੱਕ ਆਮ ਘਰੇ ਬੱਚੇ ਪੈਦਾ ਕਰਨ ਵਾਲੇ ਹੋ ਗਏ ਇਹਨਾਂ ਦਾ ਕੀ ਸਿਸਟਮ ਹੁੰਦਾ ਵੀ ਜਿਹੜੇ ਉਡਾਉਣੇ ਉਹੀ ਬੱਚੇ ਪੈਦਾ ਕਰਦੇ ਆ ਜਾਂ ਕਿਹੜੇ ਬੱਚੇ ਉੱਡਦੇ ਆ ਬਾਈ ਬਾਈ ਜਿਹੜੇ ਬਰੀਡਿੰਗ ਜੁੜੇ ਆ ਵੱਡੇ ਕਬੂਤਰ ਆਪਣੇ ਪਹਿਲਾਂ ਬਾਜ਼ੀਆਂ ਜਿੱਤੇ ਉਹਨੂੰ ਅਸੀਂ ਰੱਖ ਲੈਂਦੇ ਹਾਂ ਉਹ ਬਰੀਡਿੰਗ ਪੇਅਰ ਬਣ ਜਾਂਦੇ ਮੰਨ ਲਾ ਵੀ ਆਪਾਂ ਇਹਨਾਂ ਦੀ ਲਾਦਗਾਂ ਛੱਡਾਂਗੇ ਕਈ ਲੋਕ ਉਹਨਾਂ ਨੂੰ 2-3 ਸਾਲ ਬਾਅਦ ਛੱਡੇ ਮੈਂ ਨਹੀਂ ਛੱਡਦਾ ਜਿਹੜਾ ਕਿਰਨ ਜਿੱਤ ਗਿਆ ਮੈਂ ਤਾਂ ਉਹਨੂੰ ਦੂਜੀ ਵਾਰੀ ਬਈ ਕਦੇ ਫਸਲ ਨੂੰ ਫੜਕਣ ਗਈ ਫਿਰ ਛੱਡਣੀ ਭਾਈ ਅੱਡ ਗੱਲ ਆ ਨਹੀਂ ਮੈਂ ਇੱਕ ਬਾਜੂ ਹੀ ਛੱਡਦਾ ਗਾਂ ਉਹਦੀ ਮੁੜ ਕੇ ਅਗਲੇ ਸਾਲ ਬੱਚੇ ਕਢਾ ਲੈਂਦੇ ਆ ਜਿਹੜੇ ਚੰਗੇ ਕਬੂਤਰ ਉਹਨੂੰ ਚੰਗੀ ਲਾਦ ਵੀ ਉੱਡੂ ਜੇ ਕੋਈ ਮਾਂ ਪਿਓ ਲਾਇਕ ਹੈਗਾ ਬੱਚਾ ਲਾਇਕ ਤਾਂ ਹੀ ਹੋ ਬਿਲਕੁਲ ਵੀ ਜਿਹੜਾ ਇੱਕ ਵਾਰੀ ਬਾਈ ਦੇ ਕਹਿਣ ਦਾ ਮਤਲਬ ਬਾਜੀ ਜਿੱਤ ਗਿਆ ਹਾਂਜੀ ਉਹਨੂੰ ਦੁਬਾਰੇ ਨਹੀਂ ਛੱਡਣਾ ਉਹਨੂੰ ਗਾਹਾਂ ਬਰੀਡਿੰਗ ਵਾਸਤੇ ਰੱਖਣਾ ਬੱਚੇ ਕਢਾਉਣ ਠੀਕ ਹੈ ਹਾਂਜੀ ਅਤੇ ਬਾਈ ਜਦੋਂ ਬਰੀਡਿੰਗ ਕਰਵਾਉਣੇ ਹੋਗੇ ਹਾਂਜੀ ਉਦੋਂ ਕਿਵੇਂ ਵੀ ਉਹਨਾਂ ਨੂੰ ਪਹਿਲਾਂ ਕਬੂਤਰ ਅਤੇ ਕਬੂਤਰੀ ਨੂੰ ਅਲੱਗ ਅਲੱਗ ਇਕੱਠੇ ਜੋੜੀ ਬਣਾਉਣੇ ਹੋ ਫਿਰ ਉਹਨਾਂ ਦੇ ਵਿੱਚ ਇਹਨਾਂ ਬਾਈ ਬਹੁਤ ਐਂ ਮੰਨ ਲਓ ਵੀ ਇੱਕ ਦੂਜੇ ਪ੍ਰਤੀ ਆਪਾਂ ਕਹਿੰਦੇ ਸੱਚੇ ਸੁੱਚੇ ਜਿਵੇਂ ਇੱਕ ਜੋੜਾ ਲਾਤਾ ਜਿਵੇਂ ਹੁਣ 100 ਪੇਅਰ ਫਿਰਦਾ ਉਹ ਕਬੂਤਰੀ ਦਾ ਜੋੜਾ ਉਹਦੇ ਨਾਲ ਹੀ ਰਹੂਗਾ ਠੀਕ ਹੈ 2-4 ਦਿਨ ਅਸੀਂ ਅੱਡ ਰੱਖਦੇ ਹਾਂ ਉਹ ਆਪਸ 'ਚ ਮਤਲਬ ਮਿਲ ਜਾਂਦੇ ਆ ਅਤੇ ਮੁੜ ਕੇ ਖੁੱਡ 'ਚ ਚਾਹੇ 50 ਜੋੜੇ ਫਿਰਦੇ ਹੋਣ ਉਹਨੇ ਉਹ ਕਬੂਤਰ ਕਬੂਤਰੀ ਦਾ ਆਪਦਾ ਸਿਸਟਮ ਮਤਲਬ ਅੱਡ ਹੀ ਆ ਉਹਨੇ ਬੱਚੇ ਕੱਢਣੇ ਆ ਬੱਚੇ ਪਾਲਣੇ ਆ ਠੀਕ ਹੈ ਹਾਂਜੀ ਉਹ ਬੱਚੇ ਪਾਲ ਕੇ ਗਿਜਾ ਕੇ ਛਤਰੀਆਂ 'ਤੇ ਗਿਜਾ ਲੈਂਦੇ ਆ ਜੀ ਉਹਨਾਂ ਨੂੰ ਸਾਰਾ ਸਾਲ ਖੁਰਾਕ ਪਾ ਕੇ ਗਰਮੀਆਂ 'ਚ ਬਾਜ਼ੀ ਛੱਡ ਦਿੰਦੇ ਹਾਂ ਠੀਕ ਹੈ ਅਤੇ ਉਦੋਂ ਬਾਅਦ ਬਾਈ ਮੰਨ ਲਓ ਵੀ ਜਿਵੇਂ ਜੋੜੇ ਤੋਂ ਤੁਸੀਂ ਕਢਾ ਲਏ ਬੱਚੇ ਵੀ ਜੇ ਤੁਸੀਂ ਦੇਖ ਲਿਆ ਵੀ ਆਹ ਕਬੂਤਰ ਚੰਗਾ ਵੀ ਇਹ ਬਾਜ਼ੀ ਜਿੱਤਿਆ ਹਾਂਜੀ ਹੈ ਨਾ
ਤੇ ਉਹਦੇ ਨਾਲ ਜਿਹੜੀ ਕਬੂਤਰੀ ਹੁੰਦੀ ਆ ਉਹ ਵੀ ਕਿਤੇ ਬਾਜੀ ਜਿੱਤੀ ਹੁੰਦੀ ਆ ਜੋ ਪਹਿਲਾਂ ਆਪਾਂ ਚੰਗੀ ਕਬੂਤਰੀ ਬਾਈ ਹੁੰਦੀ ਸਿਸਟਮ ਦਾ ਮੰਨ ਲਓ ਇੱਕ ਕਬੂਤਰ ਆਪਣਾ ਬਾਜ ਜਿੱਤ ਗਿਆ, ਇੱਕ ਤਾਂ ਉਹ ਹੋ ਗਿਆ, ਇੱਕ ਆਪਾਂ ਤਾਂ ਕੋਈ ਭੈਣ ਭਰਾ ਰੱਖ ਲਿਆ, ਠੀਕ ਹੈ, ਪਤਾ ਲੱਗ ਗਿਆ ਵੀ ਆਹ ਵੀ ਕਾਬਲ ਹੈ ਅਤੇ ਆਹ ਵੀ ਉਹੀ ਬਲੱਡ ਹੈ ਵੀ ਦੋਵੇਂ ਚੰਗੀ ਬਲੱਡ ਲੈਣ, ਉਵੇਂ ਜੇ ਕਬੂਤਰ ਜਿੱਤਿਆ ਤਾਂ ਕਬੂਤਰ ਜਿੱਤੀ ਆਪ ਚਲਾ ਤੇ ਉਵੇਂ ਮਤਲਬ ਪੇਰ ਵਧੀ ਜਾਂਦੇ ਹਰ ਸਾਲ ਉਵੇਂ ਜਿਵੇਂ ਉਹਨਾਂ ਦੇ ਆ ਗਏ ਬੱਚੇ। ਹਾਂਜੀ, ਅਤੇ ਉਦੋਂ ਬਾਅਦ ਜਿਹੜੇ ਬੱਚੇ ਨੇ ਜਦੋਂ ਹੋ ਗਏ ਮਤਲਬ ਵੀ ਡਰ ਹੋ ਗਏ, ਹਾਂਜੀ, ਉਸੇ ਟਾਈਮ ਹੀ ਉਹਨਾਂ ਦੇ ਕੋਈ ਨਿਸ਼ਾਨੀ ਪਾਉਣੇ ਹੋ ਯਾਰ ਕਲਰ ਵਗੈਰਾ ਬਈ ਰਿੰਗਾਂ ਬਣਦੀਆਂ ਨੇ, ਠੱਲ ਕਹਿੰਦੇ ਕਬੂਤਰਾਂ ਨੇ ਉਹਨੂੰ, ਠੀਕ ਹੈ, ਇੰਪੋਰਟਡ ਵੀ ਆਉਂਦੀਆਂ ਅਤੇ ਉਹ ਵੀ ਜਿਹੜੀ ਏ ਸੀ ਪੈਪ ਵੱਢ ਕੇ ਉਹਦੇ ਨੰਬਰ ਲੱਗ ਜਾਂਦਾ ਉਹਦੇ ਨਾਲ ਜਿਹੜਾ ਨੰਬਰ ਨਾਲ ਕੱਟ ਜਾ ਹੁੰਦਾ, ਠੀਕ ਹੈ, ਉਹ ਪਾ ਦਿੰਦੇ ਆ, ਲਿਖ ਦਿੰਦੇ ਆ ਫਲਾਣੇ ਜੋੜੇ ਦਾ ਇੰਨੇ ਨੰਬਰ ਬੱਚਾ, ਠੀਕ ਹੈ, ਉਹ ਰਿੰਗ ਨਿਕਲਦੀ ਨਹੀਂ ਜੀ ਉਹਦੇ ਪੈਰ 'ਚੋਂ ਵੱਡਾ ਹੋਣ ਤੱਕ, ਜੇ ਤਾਂ ਕੋਈ ਉਵੇਂ ਕੱਟ ਕੇ ਠੱਲਾਂ ਹੀ ਸਾਡੇ ਕਬੂਤਰ ਘਰੋਂ ਭੱਜ ਜਾਂਦਾ, ਲੋਕ ਠੱਲਾਂ ਵੱਢ ਦਿੰਦੇ ਆ ਪਿੰਡ 'ਚ ਫੜ ਕੇ ਵੱਢ ਦਿੰਦੇ ਆ, ਉਹ ਤੁਹਾਡੇ ਗੱਲ ਹੈ, ਮਤਲਬ ਉਹ ਆਪ ਨਹੀਂ ਲੈਂਦੀ, ਨਿਕਲਦੀ ਨਹੀਂ, ਹਾਂਜੀ, ਉਹ ਸਾਰੀ ਉਮਰ ਭਰ ਦੀ ਨਿਸ਼ਾਨੀ ਆ ਉਹਦੀ, ਠੀਕ ਹੈ, ਹਾਂਜੀ, ਅਤੇ ਇੱਕ ਤਾਂ ਠੱਲ ਹੋ ਗਈ ਬਾਈ, ਇਹ ਕਿਹੜਾ ਕਲਰ ਲਾਉਣੇ ਹੁੰਦੇ ਹੋ ਬਾਈ, ਉਹ ਕਲਰ ਦੀ ਕੀ ਨਿਸ਼ਾਨੀ ਵੀ ਉਹਦਾ ਉੱਪਰ ਉੱਡਦਾ ਉਹਦਾ, ਉਹ ਬਾਈ ਜਿਵੇਂ ਆਪਣੇ ਸਿਗਨੇਚਰ ਹੋ ਗਏ, ਆਪਣੀ ਰਾਈਟਿੰਗ ਹੋ ਗਈ, ਹਰੇਕ ਬੰਦੇ ਨੂੰ ਪਤਾ ਹੁੰਦਾ ਵੀ ਇਹ ਮੇਰੀ ਲਿਖਾਈ ਆ, ਬਿਲਕੁਲ, ਅੱਖਰ ਤਾਂ ਇੰਗਲਿਸ਼ ਦੇ ਜਾਂ ਪੰਜਾਬੀ ਹਿੰਦੀ ਦੇ ਨੇ, ਹਾਂਜੀ, ਉਵੇਂ ਬਾਈ ਸਾਡੀ ਜਿਵੇਂ ਰੰਗ ਲਾਉਣ ਦਾ ਤਰੀਕਾ ਇਹ ਤਾਂ ਉਵੇਂ ਹੀ ਉਨੀ ਇੱਕੀ ਕਿਸੇ ਨਾਲ ਮਿਲ ਜੇ ਤੁਹਾਡੇ ਗੱਲ ਆ, ਠੀਕ ਹੈ, ਅਤੇ ਨਹੀਂ ਸਾਨੂੰ ਪਤਾ ਹੁੰਦਾ ਵੀ ਯਾਰ ਆਪਣਾ ਕਬੂਤਰ ਆ, ਇੱਕ ਤਾਂ ਉਹਦੀ ਆਪਾਂ ਥੱਲੇ ਆਪਣੇ ਬੰਦੇ ਬਹਿ ਕੇ ਉਡਾਉਂਦੇ ਕਰਦੇ ਪਤਾ, ਉਵੇਂ ਅਸੀਂ ਤਾਂ ਚਿੱਟੇ ਨੂੰ ਵੀ ਦੱਸ ਦਿੰਦੇ ਹਾਂ, ਕਿਉਂਕਿ ਖੰਭ ਵੱਜਦਾ ਪਤਾ ਲੱਗਦਾ ਆਪਣਾ ਗਾ ਇਹ, ਠੀਕ ਹੈ, ਅਤੇ ਬਰੀਕ ਬਰੀਕ ਸਾਰਿਆਂ ਦੇ ਨਿਸ਼ਾਨੀਆਂ, ਬਾਕੀ ਰੰਗ ਤੋਂ ਬਾਈ ਉਹਦੀ ਜਿਹੜੀ ਉਹ ਹੈ ਪਹਿਚਾਣ ਹੋ ਜਾਂਦੀ ਹੈ ਸਾਰੇ ਕਿਸੇ ਦਾ, ਅਸੀਂ ਉਹਨੂੰ ਮੈਂ ਤੁਹਾਨੂੰ ਉਹ 'ਚ ਦਿਖਾ ਦੂੰ ਵੀਡੀਓ ਦੇ ਵਿੱਚ, ਜਿਵੇਂ ਕਾਂਤ ਕਹਿੰਦੇ ਹਾਂ, ਟੂਸਾ ਕਹਿੰਦੇ ਹਾਂ, ਘੰਡ ਹੋ ਗਿਆ, ਥੱਲੇ ਵਾਲੀ ਪੇਟੀ ਹੋ ਗਈ, ਪੂਛ ਨੂੰ ਪੂਛ ਟੋਰੀ, ਪਿੱਛੋਂ ਮਾੜੀ ਟੋਰੀ, ਉਵੇਂ ਕਈ ਰੰਗ ਲਾ ਕੇ ਅਲੱਗ ਅਲੱਗ ਉਹ ਕਰ ਦਿੰਦੇ ਹਾਂ, ਜਿਵੇਂ ਜਿਹੜੀ ਆਹ ਚੀਜ਼ ਹੋ ਗਈ ਬਾਈ, ਇਹਨੂੰ ਮਤਲਬ ਘੰਡ ਕਹਿੰਦੇ, ਇਹਨੂੰ ਘੰਡ ਕਹਿੰਦੇ, ਠੀਕ ਹੈ, ਇਹਨੂੰ ਥੱਲੇ ਢਿੱਡ ਹੋ ਗਿਆ, ਜਿਹੜਾ ਉਦੋਂ ਮਾੜਾ ਜਿਹਾ ਘੰਡ ਥੱਲੇ ਹੋ ਗਿਆ, ਠੀਕ ਹੈ, ਜਿਵੇਂ ਥੱਲੇ ਵਾਲੀ ਪੇਟੀ ਹੋ ਗਈ, ਠੀਕ ਹੈ, ਹਾਂਜੀ, ਮਤਲਬ ਜਿਹੜੇ ਪੂਸ ਵਾਲੇ ਹੋ ਗਏ, ਜਮਾਂ ਐਂਡ ਤੇ ਹੋ ਗਿਆ ਟੋਰਾ, ਉਹ ਟੋਰੀ ਹੋ ਗਈ, ਉਹ ਟੋਰੀ ਹੋ, ਹਾਂਜੀ, ਠੀਕ ਹੈ, ਇਹ ਰੰਗ ਫਿਰ ਭਰਾਵੋ ਇਸੇ ਕਰਕੇ ਲਾਈ ਜਾਂਦੇ ਆ ਵੀ ਜਦੋਂ ਬਾਜੀਆਂ ਤੇ ਕਬੂਤਰ ਉੱਡਦੇ ਆ, ਹਾਂਜੀ, ਤਾਂ ਉਦੋਂ ਹਰੇਕ ਬੰਦੇ ਨੂੰ ਵੀ ਬਾਜੀਆਂ ਤੇ ਵੀ ਬਾਈ ਘਰੇ ਹੁਣ ਜਿਵੇਂ ਮੰਨ ਲਓ ਆਪਣੇ 20 ਬੱਚੇ ਉੱਡਦੇ ਆ, ਪਹਿਚਾਣ ਹੋ ਜਾਂਦੀ ਹੈ ਜੀ, ਆਹ 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 ਉਹ ਵੀ ਸਾਡੇ ਲਿਖੇ ਹੁੰਦੇ ਆ, ਠੀਕ ਹੈ, ਵੀ ਆਹ ਇੰਨੇ ਆਹ ਰੰਗ ਵਾਲਾ ਇਹੋ ਜਿਹੀਆਂ ਅੱਖਾਂ, ਇੰਨੇ ਨੰਬਰ ਠੱਲ, ਅੱਜ ਡਾਉਣਾ ਅੱਜ ਨਹੀਂ ਡਾਉਣਾ, ਸਾਰਾ ਇਹ ਵੀ ਸਾਰਾ ਬਕਾਇਦਾ ਬਾਈ ਰਿਕਾਰਡ, ਹਾਂਜੀ, ਆਪਣਾ ਭਰਾ ਬੱਬੂ ਉਹ ਕੇਅਰ ਕਰਦਾ ਜੀ ਉਹਨੂੰ ਸਾਰਾ, ਹੁਣ ਤਾਂ ਮਤਲਬ ਵੀ ਮੇਰੇ ਦਾ ਬਹੁਤ ਘੱਟ ਇੰਟਰਸਟ ਹੈ, ਠੀਕ ਹੈ, ਕਬੂਤਰਾਂ ਦੇ ਵਿੱਚ, ਠੀਕ ਹੈ, ਅਤੇ ਉਹ ਬੱਬੂ ਨੂੰ ਪੂਰਾ ਧਿਆਨ 'ਚ ਗੱਲ, ਬੱਬੂ ਹੀ ਦੇਖਦਾ ਸਾਰਾ ਕੁਝ, ਹਾਂਜੀ, ਬੱਬੂ, ਠੀਕ ਹੈ, ਇਹਨਾਂ ਦਾ ਫਿਰ ਬਾਈ ਐਂ ਵੀ ਹੁੰਦਾ ਜਿਹੜੇ ਹੁਣ ਬਾਜੀਆਂ ਵਾਸਤੇ ਕਬੂਤਰ ਤਿਆਰ ਕਰ ਰਹੇ ਹੋ, ਹਾਂਜੀ, ਵੀ ਜਿਵੇਂ ਉਹਨਾਂ ਨੂੰ ਬਦਾਮ ਵਗੈਰਾ ਪਾਉਣੇ ਹੋ, ਹਾਂਜੀ, ਅਤੇ ਕਣਕ ਵਗੈਰਾ ਤੁਸੀਂ ਕਹਿੰਦੇ ਹੋ ਐਮ ਪੀ ਵਾਲੀ ਲਿਆਂਦੀ ਵੀ ਸਰਬ ਦੀ ਕਣਕ, ਹਾਂਜੀ, ਅਤੇ ਜਿਵੇਂ ਨਾਲ ਕੋਈ ਪਾਣੀ ਵਗੈਰਾ, ਇੱਕ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ, ਪਿਛਲੀ ਵਾਰ ਵੀ ਤੁਸੀਂ ਦੱਸੀ ਦੀ ਗੱਲ ਹੈ ਨਾ, ਅਤੇ ਪਰ ਫਿਰ ਵੀ ਵਿੱਚ ਕਈ ਬੰਦਿਆਂ ਦਾ ਮੈਨੂੰ ਫੋਨ ਆਇਆ ਬਾਈ, ਕਹਿੰਦੇ ਨਹੀਂ ਯਾਰ ਚੀਨਾ ਬਾਈ ਲਕੋ ਰੱਖ ਗਿਆ, ਕਹਿੰਦੇ ਵੀ ਕੋਈ ਨਾ ਕੋਈ ਹੋਰ ਚੀਜ਼ ਵੀ ਹੈ, ਪਤਾ ਗੱਲ ਕੀ ਹੈ ਬਾਈ, ਜੇ ਮੈਂ ਕਿਸੇ ਨੂੰ ਉਲਝੇ ਵਿੱਚ ਪਾਉਣਾ ਹੋਵੇ, ਉਵੇਂ 35 ਚੀਜ਼ਾਂ ਲਿਖਾ ਦਿਆਂ ਕਰਦਿਆਂ ਬੰਦਾ ਰਗੜੀ ਜਾਵੇ, 5-7 ਹਜ਼ਾਰ ਲਾ ਲਏ, ਮੈਨੂੰ ਗਾਲਾਂ ਹੀ ਕੱਢੂ, ਹਾਂ ਵੀ ਉਹੀ ਉਹ ਮੈਂ ਸੌਖਾ ਤਰੀਕਾ ਦੱਸਤਾ, ਉਹ ਤਾਂ ਕੋਈ ਯਕੀਨ ਨਹੀਂ ਕਰਦਾ, ਉਹ ਕੋਈ ਦੇਖੋ ਅਗਲਾ ਯਕੀਨ ਨਹੀਂ ਕਰਦਾ, ਜੇ ਮੈਂ ਬਾਹਲਾ ਕਹਾਂ ਵੀ ਐਂ ਕਰਕੇ ਨੱਕ ਰਗੜੋ ਫਲਾਨਾ ਕਰੋ ਵੀ ਜਾ ਕੇ ਆਇਓ, ਪਹਿਲਾਂ ਮੱਥਾ ਟੇਕ ਕੇ ਫਿਰ ਬਾਈ ਛੱਡਿਓ, ਐਂ ਕਰਿਓ ਨੰਗੇ ਪੈਰੀ ਉਹਲਾ ਮਾਰਿਓ, ਇੰਨੇ ਉਹ ਬਾਈ ਮੈਂ ਉਲਝਾਇਆ ਨਹੀਂ ਕਿਸੇ ਬੰਦੇ ਨੂੰ, ਸੌਖਾ ਤਰੀਕਾ ਦੱਸਤਾ, ਜੇ ਤਾਂ ਉਵੇਂ ਕੋਈ ਅੱਗ ਚੱਲ ਪਈ ਮੂੰਹ ਫੂਕਣੀ ਲੋ, ਫਿਰ ਤਾਂ ਨਹੀਂ ਉਵੇਂ ਉੜਦਾ ਉੜਦਾ, ਉਹੀ ਜਿਹੜਾ ਹੁਣ ਲੱਗਦੇ ਵੀ ਹੈ ਨਹੀਂ, ਵਧੀਆ ਬੰਦਾ ਟਾਈਮ ਪਾਸ ਹੋ ਜੂਗਾ, ਬਾਕੀ ਅਗਲੇ ਦਾ ਯਕੀਨ ਕਰਨ ਤੇ ਬਈ ਆਪਾਂ ਕਿਹੜਾ ਕਿਸੇ ਤੋਂ ਪੈਸੇ ਲਿਆ ਦੱਸਣ, ਅਸਲ 'ਚ ਗੱਲ ਕੀ ਹੁੰਦੀ ਆ ਬਾਈ, ਜਿਵੇਂ ਆਪਣੇ ਕੋਰਟ ਕਚਹਿਰੀ ਦੇ ਵਿੱਚ ਕੋਈ ਕੰਮ ਹੋਵੇ ਨਾ, ਜੇ ਉੱਥੇ ਬੰਦਾ ਆਪਾਂ ਤੋਂ ਪੈਸੇ ਨਾ ਲਵੇ ਤਾਂ ਆਪਾਂ ਨੂੰ ਐਂ ਹੁੰਦਾ ਵੀ ਯਾਰ ਕੰਮ ਹੁੰਦਾ ਸਹੀ ਗੱਲ, ਹੈ ਨਾ, ਇਹ ਗੱਲ ਬਾਕੀ ਉਹ ਹੋ ਗਈ, ਇਸੇ ਕਰਕੇ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਹਿ ਲਓ ਡੇਰਾਵਾਦ ਜਾਂ ਦੂਜਾ ਪਖੰਡਵਾਦ ਬੜਾ ਪ੍ਰਫੁੱਲਤ ਆ,
ਵੀ ਜਿੱਥੇ ਕਿਤੇ ਬਾਹਲਾ ਪਖੰਡ ਜਿਹਾ ਹੁੰਦਾ ਬਾਈ, ਜਿਵੇਂ ਤੁਸੀਂ ਦੱਸਿਆ ਵੀ ਐਵੇਂ 35 ਚੀਜ਼ਾਂ ਲਿਖਿਆ ਦੋ, ਐਵੇਂ ਕਹਿ ਦੋ ਵੀ ਭਰਾ ਪਾਣੀ ਨੂੰ ਪਹਿਲਾਂ ਆਪਾਂ ਨਾ ਕਿਸੇ ਦਾ ਜਿੱਦ ਦੀ ਕਬੂਤਰੀ ਕਹਦੇ ਕਿਸੇ ਦਾ ਸ਼ੋਸ਼ਣ ਨਹੀਂ ਕੀਤਾ, ਠੀਕ ਹੈ, ਐਵੇਂ ਗਲਤ ਗਾਈਡ ਕਰਕੇ ਬੰਦਾ ਚਾਰ ਬਾਜ਼ੀਆਂ ਹਰ ਐਕਸਪੈਰੀਮੈਂਟ ਕਰਦਾ ਹਰੂਗਾ, ਆਪਾਂ ਤਾਂ ਸਿੱਧਾ ਤਰੀਕਾ ਦੱਸਤਾ, ਹਰੇਕ ਗੱਲ ਸਪਸ਼ਟ ਹੁੰਦੀ ਹੈ, ਜਿੰਨੀਆਂ ਗੱਲਾਂ ਕਹੀਆਂ ਨੇ ਪੰਜੀ ਦੀ ਗਈ ਆਪਣੀ ਗੱਲ ਨਿਕਲਿਆ ਵੀ ਵਿੱਚੋਂ, ਜਿਹਦੇ ਕਬੂਤਰ ਲੈ ਕਿਸੇ ਹੋਰ ਤਾਂ ਆਪਾਂ ਦੇਣਦਾਰ ਹਾਂ, ਠੀਕ ਹੈ, ਫਰਕ ਨਿਕਲਿਆ ਵੀ, ਠੀਕ ਹੈ। ਅਤੇ ਇਹ ਬਾਈ ਜਦੋਂ ਫਿਰ ਤਿਆਰੀ ਵਾਸਤੇ ਅਡਾਉਣੇ ਹੋਗੇ, ਫਿਰ ਉਹਨਾਂ ਨੂੰ ਰੋਜ਼ ਦੀ ਰੋਜ਼ ਹੀ ਟਾਈਮਿੰਗ ਹੁੰਦੀ ਹੈ ਵੀ ਇੰਨਾ ਟਾਈਮ ਇਹਨਾਂ ਨੂੰ ਅਡਾਉਣਾ? ਪਹਿਲਾਂ ਤਾਂ ਬਾਈ ਕੁਛ ਦਿਨ ਤਾਂ ਅਡਾਉਣੇ ਲਗਾਤਾਰ, ਠੀਕ ਹੈ, ਜਿਵੇਂ ਮੰਨ ਲਓ ਜਿਵੇਂ ਪ੍ਰੋਪਰ ਐਕਸਰਸਾਈਜ਼ ਵੀ ਉਹ ਸਹੀ ਹੋ ਜਾਂਦੇ ਆ, ਕੋਈ ਅੱਜ ਘੱਟ ਉੱਡਿਆ ਕੱਲ੍ਹ ਨੂੰ ਵੱਧ ਉੱਡ ਪਊ, ਕੱਲ੍ਹ ਨੂੰ ਵੱਧ ਵਾਲਾ ਪਰਸੋਂ ਘੱਟ ਉੱਡ ਲਊ, ਮਤਲਬ ਖੁੱਲ੍ਹ ਜਾਂਦੇ ਆ। ਉਸ ਤੋਂ ਬਾਈ ਉਹਨਾਂ ਨੂੰ ਬਾਅਦ ਇੱਕ ਦਿਨ ਦੀ ਰੈਸਟ ਦਿਵਾਉਣ ਲੱਗ ਜਾਂਦੇ ਆ, ਠੀਕ ਹੈ, 5-7 ਦਿਨ ਆਏ ਡਾਉਂਦੇ ਆ, ਫਿਰ ਉਸ ਤੋਂ ਬਾਅਦ ਜਿਹੜੀ ਇੱਕ ਦਿਨ ਰੈਸਟ ਹੁੰਦੀ ਹੈ ਉਦੋਂ ਉਹਨਾਂ ਨੂੰ ਪਾਣੀ ਦੇਣ ਲੱਗ ਜਾਂਦੇ ਆ, ਜਦੋਂ ਅੰਦਰੋਂ ਪ੍ਰੋਪਰ ਉਹ ਪਾਣੀ ਬੋਡੀ ਦਾ ਪਾਣੀ ਮੱਚ ਜਾਂਦਾ, ਫਿਰ ਜਦੋਂ ਡਾਉਂਦੇ ਆ ਉਦੋਂ ਉਹਨਾਂ ਨੂੰ ਪਾਣੀ ਦੇ ਕੇ ਡਾਉਂਦੇ ਆ, ਠੀਕ ਹੈ, ਫਿਰ ਉਦੋਂ ਹੀ ਉਹ ਪਹਿਲਾਂ ਤਾਂ ਉਹ ਜਿਹੜੀਆਂ ਪ੍ਰੈਕਟਿਸ ਵਾਲੀਆਂ ਬਾਰੀਆਂ ਹੁੰਦੀਆਂ ਉਹਨਾਂ ਦੀਆਂ, ਜਦੋਂ ਪਾਣੀ ਦੇਣ ਲੱਗ ਗਏ ਨੇ ਬੋਡੀ ਦਾ ਪਾਣੀ ਮੱਚਦਾ ਨਹੀਂ, ਕਬੂਤਰ ਸੈੱਟ ਹੀ ਉਦੋਂ ਹੁੰਦਾ, ਠੀਕ ਹੈ, 5-4 ਵਾਰੀ ਪਾਣੀ ਵਾਲੀਆਂ ਬਾਰੀਆਂ ਕਰਾ ਕੇ ਬਾਈ ਛੱਡ ਦਿੰਦੇ ਆ, ਅਸੀਂ ਉਦੋਂ ਬਾਅਦ ਛੱਡ ਦਿੰਦੇ, ਹਾਂਜੀ, ਵੀ ਕੋਈ ਜ਼ਿਆਦਾ ਲੰਬਾ ਕੋਈ ਉਹ ਨਹੀਂ ਕਰਦੇ ਹੈਗੇ, ਲੰਬਾ ਨਹੀਂ ਬਸ ਇੱਕ ਇਹ ਸਾਰਾ ਕੁਛ ਇੱਕ ਮਹੀਨਾ 5 ਦਿਨਾਂ 'ਚ ਹੋ ਜਾਂਦਾ, ਠੀਕ ਹੈ, ਇੰਨੇ ਕੁ ਟਾਈਮ, ਹਾਂਜੀ, ਠੀਕ ਹੈ। ਅਤੇ ਇਹ ਬਾਈ ਜਿਹੜਾ ਤੁਹਾਡਾ ਗਰੁੱਪ ਹੈਗਾ ਮੰਨ ਲਓ ਵੀ ਤਾਮਕੋਟ ਪਿਜਨ ਕਲੱਬ ਹੈ ਨਾ, ਹਾਂਜੀ, ਅਤੇ ਇਹਦੇ ਵਿੱਚ ਬਾਈ ਕੁੱਲ ਕਿੰਨੇ ਵੀਰ ਨੇ ਜਿਹੜੇ ਆਪਣੇ ਮੇਨ ਨੇ ਮੰਨ ਲਓ? ਬਾਈ ਆਪਣੇ ਭਰਾ ਬਹੁਤ ਨੇ ਜੀ ਜਿਹੜੇ ਮੁੰਡੇ ਆਪਣੇ ਨਾਲ ਜੁੜੇ ਹੋਏ ਆ, ਠੀਕ ਹੈ, ਇਕੱਲੇ ਇਕੱਲੇ ਦਾ ਕੋਈ ਨਾਂ ਰਹਿ ਜਾਂਦਾ, ਜੇ ਆਪਾਂ ਜਿਵੇਂ ਵੀ ਮੇਨ ਜੇ ਹੁੰਦੇ ਨੇ ਜਿਹੜੇ 20 ਬੰਦੇ ਦਾ ਨਾਂ ਲੈ ਤਾ ਜੀ ਆਪਾਂ, ਜੇ 2 ਜਾਂ 1 ਰਹਿ ਗਿਆ ਉਹ ਬੰਦੇ ਉਹ ਫੀਲ ਕਰਦੇ ਆ, ਲੱਗਦਾ ਮੈਂ ਆਪਾਂ ਇੰਨਾ ਹੁਣ ਦਿਮਾਗ ਹੈ ਨਹੀਂ ਵੀ ਸਾਰੇ ਬੰਦੇ ਜਿਹਨਾਂ ਲਿਖੇ ਹੋਣ, ਬਿਲਕੁਲ ਬਾਈ, ਜਿਹੜਾ ਸਾਰਾ ਕੁਛ ਬਾਈ ਬੱਲੂ ਮੋੜ ਕਰਕੇ ਹੈ, ਬਾਈ ਸਾਡਾ ਉਸਤਾਦ ਹੈ ਜੀ, ਬਾਈ ਨੇ ਅਸੀਂ ਤਾਂ ਮੁੰਬਈ ਮੈਂ ਤਾਂ ਚੰਡੀਗੜ੍ਹ ਪੜ੍ਹਦਾ ਆਉਣ ਲੱਗ ਗਿਆ ਸੀ, ਜਾਣ ਲੱਗ ਗਿਆ ਬਾਈ ਕੋਲੇ, ਬਾਅਦ 'ਚ ਬਾਈ ਨੂੰ ਦੱਸਿਆ ਤੂੰ ਰੱਖ ਕਬੂਤਰ ਯਾਰ ਵੀ ਤੂੰ ਉਡਾ ਸਕਦਾ, ਬਾਅਦ 'ਚ ਰੱਖਿਆ ਸਾਰਾ ਕੁਛ, ਮੰਨ ਲਾ ਜਿਹੜਾ ਤਾਮਾ ਜਾਮਾ ਜਿਹੜਾ ਜਗਾੜ ਬਣਾਇਆ ਬਾਈ ਦੀ ਮਿਹਰ ਨਾਲ ਬਣਾਇਆ, ਠੀਕ ਹੈ, ਬਾਕੀ ਆਪਣੇ 2-3 ਭਰਾ ਬਾਹਰੋਂ ਜਿਹੜੇ ਆਪਣੀ ਮਦਦ ਕਰਦੇ ਆ, ਠੀਕ ਹੈ, ਕਬੂਤਰ ਬਾਈ ਚੱਲੀ 'ਚ, ਠੀਕ ਹੈ, ਮਿੰਨੀ ਹੈ ਮੁੰਡਾ USA ਤੋਂ, ਇੱਕ ਅੰਮ੍ਰਿਤ ਹੈ, ਇੱਕ ਬਾਈ ਝੱਜ ਹੈ ਜੀ, ਠੀਕ, ਜ਼ਿਆਦਾ ਨਾ ਝੱਜ, ਠੀਕ, ਅੰਮ੍ਰਿਤ ਵੀ ਮਿੰਨੀ ਹਰਿਆਣੇ ਤੋਂ ਹੈ, ਉਹ ਬਾਈ ਹਰੇ ਲੁਧਿਆਣੇ ਤੋਂ, ਠੀਕ ਹੈ, ਹਾਂ ਉਹ ਆਪਣੀ ਫੁੱਲ ਸਪੋਰਟ ਕਰਦੇ ਆ, ਹੋਰ ਮੁੰਡੇ ਜੱਸੇ ਕਈ ਬੰਦੇ ਨੇ ਮਤਲਬ ਜਿਹੜੇ ਆਪਣੇ ਉਹ ਕਬੂਤਰ ਬਾਈ ਨਾਲ ਆਪਣੇ ਨਾਲ ਖੜੇ ਆ, ਜਿਵੇਂ ਮੈਂ ਵੀ ਮੰਨ ਲਾ ਜੀ ਕੋਈ ਕਹਿੰਦਾ ਯਾਰ ਆਪਾਂ ਇੱਥੇ ਐਂਟਰੀ ਕਰਾਉਣੀ ਹੈ ਜਾਂ ਕੁਛ ਉਹ ਹੈ ਤਾਂ ਆਪਣੀ ਫੁੱਲ ਸਪੋਰਟ ਕਰਦੇ ਵੀ ਉਹ ਬੰਦਿਆਂ ਨੂੰ ਲਾ ਲਓ ਵੀ ਬਾਈ ਕਬੂਤਰ ਵਾਲਾ ਉਹਨਾਂ ਨੂੰ ਸ਼ੌਂਕ ਹੈ ਜੀ ਉੱਧਰ ਬਾਹਰ ਵਾ ਕੇ, ਹਾਂਜੀ, ਹੈ ਨਾ, ਅਤੇ ਉੱਧਰ ਜਾ ਕੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਵੀ ਆਪਦਾ ਸ਼ੌਂਕ ਜਿੰਦਾ ਰੱਖਿਆ ਹੋਇਆ, ਹੈ ਨਾ, ਹਾਂਜੀ, ਜਿਵੇਂ ਆਪਣੇ ਬਹੁਤੇ ਵੀਰਾਂ ਨੂੰ ਬਾਈ ਸਮਾਜ ਸੇਵਾ ਦਾ ਸ਼ੌਂਕ ਹੁੰਦਾ, ਮੁੰਡੇ ਬਾਹਰ ਵਗ ਜਾਂਦੇ ਆ, ਫਿਰ ਉਹ ਇੱਧਰੋਂ ਕਿਸੇ ਨਾ ਕਿਸੇ ਸਾਰਾ ਕੋਈ ਰਲ ਮਿਲ ਕੇ ਹੁੰਦਾ ਬਾਈ, ਜੇ ਮੰਨ ਲਓ ਕੋਈ ਬਾਜ਼ੀ ਕਰਾਉਣੀ ਹੈ, ਬੰਦਾ ਮੋਟਰਸਾਈਕਲ ਤਾਂ ਆਪ ਨਹੀਂ ਲੈ ਸਕਦਾ ਘਰ ਵਾਸਤੇ, ਅਤੇ ਉਹ ਬਾਹਰ ਵਾਲੇ ਭਰਾਵਾਂ ਨੂੰ ਇਹਨਾਂ ਨੂੰ ਸ਼ੌਂਕ ਹੁੰਦਾ, ਉਹ ਕਹਿੰਦੇ ਕਰਾ ਦਿਓ ਅਸੀਂ ਦੇ ਦਿਆਂਗੇ, ਹੁਣ ਅਸੀਂ ਕੁੱਤਿਆਂ ਰੇਸਾਂ ਕਰਾਈਆਂ ਮਾਨਸਾ, ਠੀਕ ਹੈ ਜੀ, ਇਹ ਇੱਥੇ ਬੈਠੇ ਬੈਠਣੇ ਆ ਜਿਵੇਂ ਆ ਚੀਨਾ ਸੀ ਆਪਣੇ ਸਾਰੇ ਬੰਦੇ ਸਲਾਹ ਕਰ ਲਈ ਵੀ ਰੇਸਾਂ ਕਰਾ ਦਈਏ, ਅਤੇ ਸਾਰੇ ਭਰਾਵਾਂ ਸਹਿਯੋਗ ਤਾਂ ਅਸੀਂ ਰੇਸਾਂ ਕਰਾਤੀਆਂ, ਠੀਕ ਹੈ, ਜੇ ਹੁਣ ਮੈਂ ਇਕੱਲਾ ਕਹਾਂ ਵੀ ਯਾਰ ਮੈਂ ਵਿੱਚ 15,000 ਜਾਂ 20,000 ਲਾ ਦੂੰਗਾ, ਅਲਾ ਕਹਿੰਦਾ ਲੋਕ ਕਹਿੰਦੇ ਘਰ ਫੁੱਕਣੇ ਦਿਮਾਗ ਨਾਲ, ਹਾਂਜੀ, ਦਰਿਆ ਭਰ ਜਾਂਦਾ, ਹੈ ਨਾ, ਪਤਾ ਕੀ ਸਾਰਾ ਕੁਝ ਯੂਨਿਟੀ 'ਚ ਆ ਬਾਈ, ਜੇ ਆਪਾਂ ਇਕੱਲੇ ਨਹੀਂ ਕੁਛ ਕਰ ਸਕਦੇ, ਬਿਲਕੁਲ, ਐਤਕੀ ਬਾਈ ਫਿਰ ਮੇਨ ਮੇਨ ਬਾਜ਼ੀਆਂ ਧਿਆਨ 'ਚ ਕਰ ਲਈਆਂ ਹੋਣਗੀਆਂ, ਮੰਨ ਲਓ ਵੀ ਵੱਡੀਆਂ ਬਾਜ਼ੀਆਂ ਪੰਜਾਬ 'ਚ ਕਿੱਥੇ ਕਿੱਥੇ ਆ ਰਹੀਆਂ ਨੇ, ਵੱਡੀਆਂ ਬਾਜ਼ੀਆਂ ਤਾਂ ਪਹਿਲਾਂ ਤਰੀਕ ਅਨਾਊਂਸਮੈਂਟ ਹੋ ਜਾਂਦੀ ਹੋਊਗੀ, ਬਾਜ਼ੀਆਂ ਦੀ ਬਾਈ ਸਾਰਿਆਂ ਦੀ ਤਰੀਕ ਅਨਾਊਂਸ ਹੁੰਦੀ ਹੈ ਜੀ, ਪਹਿਲਾਂ ਹੁੰਦੀਆਂ, ਬਾਕੀ ਮੌਸਮ ਹੈ ਕਈ ਵਾਰੀ ਮੀਂਹ ਮੂੰਹ ਪੈ ਜਾਂਦੇ ਆ ਜੀ, ਇੱਕ ਪੰਜਾਬ 'ਚ ਇਲੈਕਸ਼ਨ ਹੈ ਅੱਗੇ ਪਿੱਛੇ ਹੋ ਸਕਦੀਆਂ, ਪਰ ਚੰਗੇ ਕਲੱਬ ਤਾਂ ਬਾਜ਼ੀਆਂ ਕਰਾਉਂਦੇ ਆ ਜੀ ਸਾਰੀਆਂ, ਠੀਕ ਹੈ, ਹਾਂਜੀ, ਮੰਨ ਲਓ ਬਾਈ ਜਿਹੜੀਆਂ ਪੰਜਾਬ ਦੇ ਵਿੱਚ ਜੇ ਦੇਖੀਏ ਵੀ ਤੁਸੀਂ ਜਿਵੇਂ ਆਪਾਂ ਨੂੰ ਐਂ ਹੁੰਦਾ ਵੀ ਯਾਰ ਆਪਾਂ ਇੰਨੀਆਂ ਬਾਜ਼ੀਆਂ ਛੱਡਦੇ ਹੀ ਛੱਡਦੇ ਹਾਂ, ਕੋਈ ਐਂ ਵੀ ਆਪਣੇ ਕੋਲ ਹੈਗਾ ਵੀ ਆਪਾਂ ਪਿਛਲੀ ਵਾਰ ਇੰਨੇ ਕਬੂਤਰ ਬਾਜ਼ੀ 'ਤੇ ਛੱਡੇ ਸੀਗੇ ਅਤੇ ਵੀ ਇਸ ਵਾਰ ਜਿਹੜੇ ਬਾਈ ਆਪਣੇ ਕੋਲ ਵੱਧ ਕਬੂਤਰ ਤੁਸੀਂ ਦੇਖੇ ਆ, ਹਾਂਜੀ, ਇਹ ਵੱਧ ਦਾ ਕਾਰਨ ਕੀ ਹੈ, ਪਿਛਲੀ ਵਾਰੀ ਮੀਂਹ ਪਈ ਗਿਆ, ਠੀਕ ਹੈ, ਅੱਜ ਮੌਸਮ ਖਰਾਬ, ਅੱਜ ਦਿਨ ਵਧੀਆ ਲੱਗ ਗਿਆ 4 ਦਿਨ ਮੀਂਹ ਆ ਗਿਆ,
ਬਾਜ਼ੀਆਂ ਬਹੁਤ ਘੱਟ ਹੋਈਆਂ, ਕਬੂਤਰ ਛੱਡੇ ਨਹੀਂ ਗਏ ਜੀ। ਠੀਕ ਹੈ, ਹਾਂਜੀ ਆਹ ਮਸਲਾ ਠੀਕ ਹੈ। ਇਸ ਵਾਰ ਵੀ ਇਦੂ ਪਹਿਲਾਂ ਦਾ ਮੌਸਮ ਖਰਾਬ ਹੀ ਹੈ ਜੀ, ਗਾਂ ਪਰਮਾਤਮਾ ਦੇਖੋ ਕੀ ਰੰਗ ਹੈ, ਸਹੀ ਹੋਣਗੀਆਂ ਜਾਂ ਨਹੀਂ ਹੋਣਗੀਆਂ। ਅਤੇ ਜਿੰਨੇ ਬਾਈ ਇੱਕ ਆਪਾਂ ਹੁਣ ਜਾਂਦੇ ਜਾਂਦੇ ਗੱਲ ਕਰਦੇ ਹਾਂਗੇ ਵੀ, ਜਿਵੇਂ ਨਵੇਂ ਮੁੰਡਿਆਂ ਦਾ ਬਾਈ ਬਹੁਤ ਸ਼ੌਂਕ ਬਣਦਾ ਜਾਂਦਾ ਹੈ ਨਾ, ਚਾਹੇ ਤਾਂ ਲਾ ਲਓ ਵੀ ਇੰਸਟਾ ਵਗੈਰਾ 'ਤੇ ਰੀਲਾਂ ਬਹੁਤ ਵਾਇਰਲ ਹੋਣ ਲੱਗ ਗਈਆਂ ਕਬੂਤਰਾਂ ਦੀਆਂ। ਮੈਂ ਤਾਂ ਕਿਤੇ ਕਿਤੇ ਇਹ ਸੋਚਦਾ ਹੁੰਦਾ ਵੀ ਯਾਰ ਕਬੂਤਰਾਂ ਦਾ ਕੰਮ ਤਾਂ ਕਬੱਡੀ ਤੋਂ ਵੀ ਉੱਪਰ ਟੱਪਣ ਲੱਗ ਗਿਆ ਹੈ ਨਾ, ਨਵੇਂ ਮੁੰਡੇ ਬਹੁਤ ਆ ਰਹੇ ਨੇ ਅਤੇ ਬਾਜ਼ੀਆਂ ਬਹੁਤ ਹੋ ਰਹੀਆਂ ਨੇ, ਤੁਹਾਡਾ ਕੀ ਸੁਝਾਅ ਬਾਈ ਬਾਜ਼ੀਆਂ ਪ੍ਰਤੀ ਵੀ ਕਿਹੋ ਜਿਹੀਆਂ ਬਾਜ਼ੀਆਂ ਹੋਣੀਆਂ ਚਾਹੀਦੀਆਂ ਨੇ, ਜਾਂ ਉਹਦੇ ਵਿੱਚ ਕੀ ਕੋਈ ਸੁਝਾਅ ਕਰਨ ਦੇ ਆਪਣਾ ਵੀ ਕੋਈ ਉਹਨਾਂ ਨੂੰ ਵਧੀਆ ਕਰਨ ਦੀ ਹੋਰ ਲੋੜ ਆ, ਜਾਂ ਜਿਹੜੇ ਨਵੇਂ ਵੀਰ ਨੇ ਉਹਨਾਂ ਨੂੰ ਕੋਈ ਸੁਨੇਹਾ ਬਾਈ? ਪਹਿਲਾਂ ਤਾਂ ਰੀਲਾਂ ਤੋਂ ਹੀ ਲਾ ਲਓ ਜੀ ਬਾਈ, ਉੱਥੋਂ ਚੱਲ ਪਈ ਆਪਾਂ। ਠੀਕ ਹੈ, ਇੱਕ ਤਾਂ ਬਾਈ ਮੈਂ ਕਬੂਤਰਾਂ ਦੇ ਭਰਾਵਾਂ ਨੂੰ ਬੇਨਤੀ ਹੈ ਇਹ ਕਰੂੰਗਾ ਵੀ ਕਬੂਤਰਾਂ ਦੀ ਵੀਡੀਓ ਰੀਲ ਉਹ ਜੀ ਪਾਇਆ ਕਰੋ ਜਿਹ 'ਚ ਆਪਣਾ ਕੋਈ ਫਾਇਦਾ ਹੋਵੇ, ਆਪਣੀ ਕਬੂਤਰਬਾਜ਼ੀ ਦੀ ਗੇਮ ਨੂੰ ਮਤਲਬ ਵੀ ਸਿਕਿਓਰ ਹੋਵੇ। ਠੀਕ ਹੈ, ਕੋਈ ਕਬੂਤਰ ਕਿਸੇ ਜ਼ੋਰ ਲੱਗੜੀ ਕੋਈ ਇਹੋ ਜਿਹੀ ਚੀਜ਼ ਨਾ ਆਪੱਤੀਜਨਕ ਪਾਓ ਵੀ ਕੱਲ੍ਹ ਨੂੰ ਇਹ ਗੱਲ ਕਬੂਤਰ ਵਾਲਿਆਂ ਨੂੰ ਫੇਸ ਕਰਨੀ ਪਵੇ। ਬਿਲਕੁਲ, ਆਪਾਂ ਆਪਦੇ ਵਿਊ ਲੈਣ ਵਾਸਤੇ ਵੀ ਆਪਾਂ ਮਸ਼ਹੂਰ ਹੋ ਜਾਈਏ ਕਬੂਤਰਬਾਜ਼ੀ ਨਾਲ ਬੰਦ ਕਰਾ ਲਈ ਵੀ ਕਿਤੇ ਜ਼ੋਰ ਲੱਗੇ ਦੀ ਜਿਹੜਾ ਵੀਡੀਓ ਤਾਂ ਹੈਗਾ ਮੇਰਾ ਮਸਲਾ ਜੀ ਵੀ ਆਪਣੀਆਂ ਰੀਲਾਂ ਰੂਲਾਂ। ਮੈਨੂੰ ਤਾਂ ਬਾਈ ਜਿਵੇਂ ਸੁੱਖੀ ਬਾਈ ਤੁਸੀਂ ਕਹਿਤਾ ਵੀ ਯਾਰ ਤੇਰਾ ਪੇਜ ਆ ਬਹੁਤ ਚੱਲਦਾ ਵੀ ਆਪਾਂ ਰੀਲ, ਮੈਂ ਤਾਂ ਐਂ ਵਾਲਾ ਮੈਨੂੰ ਆਪ ਉਪ ਨੂੰ ਬਾਈ ਜਮ੍ਹਾਂ ਕੋਈ ਸ਼ੌਂਕ ਨਹੀਂ। ਠੀਕ ਹੈ, ਉਹ ਭਰਾਵਾਂ ਕਰਕੇ ਹੈ, ਕੋਈ ਵੀਡੀਓ ਵੱਧ ਚੱਲ ਜਾਂਦੀ ਘੱਟ ਚੱਲ ਪੈਂਦੀ ਹੈ ਕਿਉਂਕਿ ਅਗਲੇ ਦੇਖਦੇ ਆ। ਬਿਲਕੁਲ ਜੀ, ਆ ਗਈ ਜੀ ਹੁਣ ਗੱਲ ਬਾਜ਼ੀਆਂ 'ਤੇ। ਬਾਜ਼ੀਆਂ ਪੰਜਾਬ 'ਚ ਜੀ ਜਮ੍ਹਾਂ ਇਹ ਗੇਮ ਹੈ ਪੀਕ 'ਤੇ, ਲੋਕਾਂ ਨੂੰ ਬਹੁਤ ਸ਼ੌਂਕ ਹੈ ਜੀ, ਚੰਗੇ ਬੰਦਿਆਂ ਨੂੰ ਮਾੜੇ ਬੰਦਿਆਂ ਨੂੰ, ਵਿੱਚ ਬੰਦੇ ਇਹ 'ਚ ਵੀ ਕਬੂਤਰਬਾਜ਼ੀ ਖਰਾਬ ਕਰਨ ਵਾਲੇ ਵੀ ਹੈ। ਠੀਕ ਹੈ, ਕੋਈ ਊਂ ਪੈਸੇ ਰੱਖਣ ਦਾ, ਕੋਈ ਦੁਬਾਰੇ ਛੱਡ ਦਿੰਦਾ, ਚਲੋ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਚੰਗੇ ਮਾੜੇ ਬੰਦੇ ਆਉਂਦੇ। ਬਿਲਕੁਲ, ਪਰ ਚੰਗੇ ਬੰਦੇ ਨੂੰ ਮੈਂ ਬੇਨਤੀ ਇਹ ਕਰਦਾ ਵੀ ਕਬੂਤਰਬਾਜ਼ੀ ਨੂੰ ਈਰਖਾ ਵਾਲੇ ਪਾਸੇ ਨਾ ਲੈ ਕੇ ਜਾਓ, ਇਹ ਖੇਡ ਹੈ, ਇਹਨੂੰ ਖੇਡ ਦੀ ਭਾਵਨਾ ਨਾਲ ਰੱਖੋ। ਬਿਲਕੁਲ, ਇਹ ਕੋਈ ਆਪਣਾ ਸਰਕਾਰੀ ਸ਼ੌਂਕ ਨਹੀਂ ਹੈਗਾ, ਜੇ ਕਿਸੇ ਨੇ ਮਾੜੀ ਹਰਕਤ ਕਰਤੀ, ਇੱਕ ਬੰਦਾ ਕੋਈ ਸਟੈਂਡ ਲੈ ਗਿਆ, ਲੋਕਾਂ ਦਾ ਆਪਾਂ ਸਬਰ ਨਾ ਪਰਖੀਏ, ਸਾਰੇ ਬੰਦਿਆਂ ਨੂੰ ਆਪਾਂ ਪਾਰਟੀਸਪੇਟ ਕਰਨ ਦਈਏ, ਚੰਗਾ ਮਾੜਾ ਜਿਹੜਾ ਕੋਈ ਗਰੀਬ ਗੁਰਬਾ ਸਭ ਬੰਦਾ ਬਰਾਬਰ ਆ। ਬਿਲਕੁਲ, ਜੇ ਆਪਾਂ ਲੋਕਾਂ ਨੂੰ ਜ਼ਿਆਦਾ ਆਪਾਂ ਬਾਈ ਕਿਸੇ ਦੇ ਆਪਾਂ ਲਾਈ ਜਾਵਾਂਗੇ ਉਂਗਲਾਂ, ਅਤੇ ਅਗਲਾ ਬਾਈ ਕਈ ਵਾਰੀ ਮੂਹਰੋਂ ਗਰਮ ਵੀ ਸ਼ੌਂਕ, ਹਰੇਕ ਦਾ ਬਰੋਬਰ ਸ਼ੌਂਕ ਸਾਰਿਆਂ ਦਾ ਖਰਾਬ ਹੋਊਗਾ ਕਿਸੇ ਇੱਕ ਦੋ ਬੰਦਿਆਂ ਕਰਕੇ। ਬਿਲਕੁਲ, ਸ਼ੌਂਕ ਨੂੰ ਸ਼ੌਂਕ ਹੀ ਰਹਿਣ ਦਿਓ। ਬਿਲਕੁਲ ਸਹੀ ਗੱਲ ਹੈ, ਬਾਈ ਨੇ ਗੱਲ ਬਹੁਤ ਸੋਹਣੀ ਕਹੀ ਹੈ ਵੀ ਸ਼ੌਂਕ ਨੂੰ ਸ਼ੌਂਕ ਰਹਿਣ ਦਿਓ, ਸ਼ੌਂਕ ਨੂੰ ਬਿਜ਼ਨਸ ਨਾ ਬਣਾਓ। ਹਾਂਜੀ, ਜੇ ਸ਼ੌਂਕ ਬਾਈ ਬਿਜ਼ਨਸ ਬਣ ਜੇ ਫਿਰ ਮੁੜ ਕੇ ਕਹਾਣੀ ਖਰਾਬ ਹੋ ਜਾਂਦੀ। ਬਿਜ਼ਨਸ ਵੀ ਬਾਈ ਦੇਖੋ, ਮੈਂ ਹੁਣ ਕਹਿੰਦਾ ਵੀ ਸੁੱਖੀ ਦਾ ਕਬੂਤਰ ਨਹੀਂ ਐਂਟਰ ਕਰਾਉਂਦਾ ਮੈਂ, ਸੁੱਖੀ ਮੈਨੂੰ ਈਰਖਾਬਾਜ਼ੀ ਹੋ, ਸੁੱਖੀ ਮੈਨੂੰ ਚੰਗਾ ਨਹੀਂ ਲੱਗਦਾ। ਉਹ ਤਾਂ ਸੁੱਖੀ ਦੀ ਆਪਾਂ ਉਹ ਦਈਏ ਵੀ ਬੰਦਾ ਬਹੁਤ ਚੰਗਾ, ਇਹ ਆਪਣੇ ਸ਼ੌਂਕ ਨੂੰ ਖਰਾਬ ਨਹੀਂ ਕਰ ਰਿਹਾ। ਬਿਲਕੁਲ, ਜੇ ਸੁੱਖੀ ਕੱਲ੍ਹ ਨੂੰ ਸਟੈਂਡ ਲੈ ਗਿਆ, ਬਿਲਕੁਲ ਬਥੇਰੇ ਬੰਦੇ ਆ। ਬਿਲਕੁਲ, ਇਹ ਸਾਂਝਾ ਕੰਮ ਆ, ਸਾਂਝਾ ਰਹਿਣ ਦਿਓ। ਬਿਲਕੁਲ, ਸੁੱਖੀ ਕਿਹੜਾ ਇੱਥੇ ਕੋਈ ਵੀ ਮਜ਼ਾਲ ਛੱਡ ਦੂਗਾ, ਕਬੂਤਰੀ ਲੈ ਕੇ ਆਊਗਾ, ਹਰ ਜੂਗਾ ਜਾਂ ਜਿੱਤ ਜੂਗਾ, ਜਿੱਤ ਜੂ ਇੱਕ ਪਾਸਾ ਹੋ ਜੂ। ਬਿਲਕੁਲ ਬਾਈ, ਬਾਈ ਵਾਲੀ ਗੱਲ ਬਹੁਤ ਸਿਆਣੀ ਹੈ ਵੀ ਜੇ ਕਿਤੇ ਤਾਣੀ ਉਲਝ ਗਈ ਆਪਣੇ ਆਪ ਦੇ ਕਰਕੇ ਹੈ ਨਾ, ਇਹ ਸਾਰੇ ਬੰਦੇ ਦੇਖੋ ਬਰਾਬਰ ਨਹੀਂ ਨਾ, ਸਾਰੇ ਸਿਆਣੇ ਹੁੰਦੇ, ਸਾਰੇ ਕੰਮ ਪੰਜੇ ਉਂਗਲ ਇੱਕ ਸਾਥ ਨਹੀਂ ਪਤਾ ਕਿਹੜਾ ਅੜਬ ਨਿਕਲਿਆ ਮੂਹਰੋਂ। ਨਹੀਂ ਨਹੀਂ ਬਿਲਕੁਲ ਬਾਈ, ਕੋਈ ਪਤਾ ਨਹੀਂ ਹੁੰਦਾ। ਬਿਲਕੁਲ ਬਾਈ, ਬਿਲਕੁਲ। ਅਤੇ ਇੱਕ ਬਾਈ ਜਿਹੜਾ ਅੱਜ ਕੱਲ੍ਹ ਮੰਨ ਲਓ ਵੀ ਜਿਵੇਂ ਤੁਹਾਡੇ ਵਾਲੀ ਉਹ ਕਿਸੇ ਨੇ ਮੰਨ ਲਓ ਵੀ ਬਾਈ ਨੇ ਐਵੇਂ ਉਹ ਕਰਤਾ ਜਾਂ ਚੀਜ਼ ਕਹਿ ਦਈਏ ਵੀ ਗਲਤ ਸੁਨੇਹਾ ਵਗ ਗਿਆ ਕਿਤੇ ਨਾ ਕਿਤੇ, ਤੁਸੀਂ ਕਹਿੰਦੇ ਵੀ 100-100 ਵਾਲੀਆਂ 7 ਗੁੱਟੀਆਂ ਸੀ ਹੈ ਨਾ, ਅਤੇ ਉਹ ਬਣ ਗਈਆਂ 500-500 ਵਾਲੀਆਂ 7 ਗੁੱਟੀਆਂ, ਵੀ 3.5 ਲੱਖ ਰੁਪਇਆ ਬਣ ਗਿਆ 500-500 ਦੇ ਹਿਸਾਬ 'ਤੇ, ਅਤੇ ਉਹ ਤੋਂ ਵੀ ਵੀਰ ਬਣ ਕੇ ਗਰੇਜ ਕਰੋ ਯਾਰ, ਹੈ ਨਾ। ਸਹੀ ਨੂੰ ਸਹੀ ਗੱਲ, ਕਿਉਂ ਉਹਦੇ ਕਿਤੇ ਨਾ ਕਿਤੇ ਮੇਰੇ ਵਰਗੇ ਮਹੱਤੜ ਬੰਦੇ ਨੂੰ ਐਂ ਹੋ ਜਾਂਦਾ, ਜਾਂ ਵਿੱਚ ਕਿਸੇ ਕੋਲ ਰੱਖੇ ਹੁੰਦੇ ਨੇ ਕਿ ਮੇਰੇ ਵਰਗਾ ਲੈਣ ਵਗ ਜਾਂਦਾ, ਲੱਕੇ
ਅਗਲਾ ਕਹਿੰਦਾ ਬਾਈ ਇਹ ਤਾਂ 3.5-3 ਲੱਖ ਦੇ ਵਿਕ ਰਿਹਾ ਭਰਾਵਾ, 10,000 ਦਾ ਜੋੜਾ ਦਿਓ ਕਿ ਬਾਈ 72 ਬੰਦੇ ਦਾ ਕਰੂੰਡਾ ਹੋ ਜਾਂਦਾ। ਸਹੀ ਗੱਲ ਆ ਬਾਈ, ਜਿਵੇਂ ਮੈਨੂੰ ਆਇਆ ਮੈਂ ਖੇਤ ਬਾਈ ਕਰਿਆ ਤਾਂ ਜਗਾੜ ਆਪਦਾ ਸਬਜ਼ੀਆਂ ਸੁਬਜ਼ੀਆਂ ਵਾਲਾ, ਹੈ ਨਾ, ਨਾਲ ਹੀ ਮੈਨੂੰ ਵੀ ਬਾਈ ਆ ਤੁਹਾਨੂੰ ਦੇਖ ਕੇ ਸ਼ੌਂਕ ਪੈ ਗਿਆ, ਘੋੜੇ ਵਾਲੇ ਮੇਲਿਆਂ 'ਤੇ ਜਾਣ ਕਰਕੇ ਸ਼ੌਂਕ ਪੈ ਗਿਆ ਵੀ ਯਾਰ ਆਪਣੇ ਕੋਲ ਇੱਥੇ ਡੋਗ ਵੀ ਹੋਣ ਅਤੇ ਮੁਰਗੇ ਕੁੱਕੜ ਇਹ ਵੀ ਹੋਣ, ਹੈ ਨਾ, ਅਤੇ ਵੀ ਨਵੇਂ ਬੰਦਾ ਖੇਤ ਕੰਮ ਕਰਦਾ। ਅਸਲ 'ਚ ਕੀ ਆ ਨਾ, ਜਦੋਂ ਬੰਦਾ ਖੇਤੀਬਾੜੀ ਵਾਲਾ ਕੰਮ ਕਰਕੇ ਜਾਂ ਬਾਹਰੋਂ ਕਿਤੋਂ ਵੀ ਬੰਦਾ ਆਉਂਦਾ ਤਾਂ ਬੰਦੇ ਨੂੰ ਬਈ ਇਹ ਚੀਜ਼ 'ਚ ਆ ਕੇ ਸਕੂਨ ਮਿਲਦਾ। ਸਹੀ ਹੈ, ਜਿਹੜੀ ਗੱਲ ਮੈਂ ਨੋਟ ਕੀਤੀ ਹੈ ਵੀ ਬੰਦਾ ਆਪਦੇ ਜਾਨਵਰਾਂ ਦੇ ਨੇੜੇ ਹੁੰਦਾ, ਇਹਨਾਂ ਦੀ ਧੜਕਣ ਨਾਲ ਆਪਣੀ ਧੜਕਣ ਧੜਕਦੀ ਆ, ਬੰਦੇ ਨੂੰ ਸਕੂਨ ਮਿਲਦਾ ਅਤੇ ਬੰਦੇ ਨੂੰ ਵਧੀਆ ਰਿਲੈਕਸ ਫੀਲ ਹੁੰਦਾ। ਸੁੱਖੀ ਬਾਈ ਪਤਾ ਗੱਲ ਕੀ ਹੈ, ਅੱਜ ਕੱਲ੍ਹ ਜਿਹੜਾ ਮੇਨ ਆਪਣੇ ਰੋਗ ਨੇ ਸਭ ਤੋਂ ਜ਼ਿਆਦਾ ਸਟ੍ਰੈਸ ਅਤੇ ਡਿਪਰੈਸ਼ਨ, ਡਿਪਰੈਸ਼ਨ ਚਿੰਤਾ ਸਭ ਤੋਂ, ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਂ ਕਿਹੜੇ ਜਾਲ 'ਚ ਫਸ ਗਿਆ, ਕਿਹੜੇ ਜਾਲ 'ਚ। ਸਹੀ ਹੈ, ਅਗਲਾ ਕੰਮ ਤੋਂ ਆਇਆ ਸਾਰਾ ਦਿਨ ਥੱਕਿਆ ਟੁੱਟਿਆ, ਆ ਕੇ ਸੌਂ ਗਿਆ ਸਵੇਰੇ ਫਿਰ ਕੰਮ 'ਤੇ, ਇਹ ਬਾਈ ਬੰਦੇ ਨੂੰ ਇੰਨਾ ਜ਼ਿਆਦਾ ਰਿਲੀਫ ਦਿੰਦੇ ਆ, ਰਿਲੈਕਸ ਕਰਦੇ ਆ। ਦੇਖੀਆਂ ਨੇ ਆ ਦਾਣੇ ਕੁੱਕੜ ਕਾਕੜ, ਇਹ ਕੋਈ ਐਂ ਤਾਂ ਹੈ ਨਹੀਂ ਬਈ ਵੀ ਆਪਾਂ ਨੂੰ ਵੀ ਕੁੱਕੜ ਕੋਈ ਆਪਣੇ ਵੀ ਕਿੱਲਾ ਜ਼ਮੀਨ ਦਾ ਦਵਾ ਦੂਗਾ, ਬਿਲਕੁਲ, ਸਿਰਫ ਇੱਕ ਆਪਾਂ ਖੁਸ਼ ਰਹਿਣ ਦਾ ਜ਼ਰੀਆ। ਬਿਲਕੁਲ, ਚਾਰ ਭਰਾ ਆ ਜਾਂਦੇ ਆ, ਚਾਰ ਮੁੜ ਜਾਂਦੇ ਆ, ਜੀ ਲੱਗਿਆ ਜੀ, ਨਸ਼ੇ ਪੱਤੇ ਤੋਂ ਬਚੇ ਹਾਂ, ਕਿਸੇ ਮਾੜੀ ਸੰਗਤ 'ਚ ਨਹੀਂ ਜਾਂਦੇ, ਕੋਈ ਆਸ਼ਕੀ ਨਹੀਂ ਕਰਦੇ, ਬਿਲਕੁਲ, ਬਾਹਰ ਜਾਵਾਂਗੇ ਕਿਸੇ ਨਾਲ ਲੜਾਂਗੇ, ਕੋਈ ਕਾਰ ਵਾਲਾ ਅੱਜ ਕੱਲ੍ਹ ਹਰੇ ਗਾਲ ਦੇ ਟੱਪਦਾ। ਬਾਕੀ ਹੋਰ ਗੱਲ ਦੇਖ ਲਓ, ਜਿਵੇਂ ਬਾਈ ਨੇ ਕਿਹਾ ਬਾਜ਼ੀਆਂ ਇੰਨੀਆਂ ਹੁੰਦੀਆਂ ਨੇ, ਕਿਸੇ ਪਿੰਡ ਦੇ ਵਿੱਚ ਬਾਈ ਕਿਸੇ ਕਬੂਤਰਾਂ ਦਾ ਇਹ ਲਾਂਭਾ ਨਹੀਂ ਆਇਆ ਵੀ ਧੀ ਭੈਣ ਨੂੰ ਕਣੀ ਕੋਈ, ਬਾਈ ਉਹਨਾਂ ਦਾ ਪਤਾ ਕੀ ਆਪਦੇ ਕਬੂਤਰ ਧਿਆਨ ਹੁੰਦਾ, ਇੱਧਰ ਤੋਂ ਦੇਖਦੇ ਨਹੀਂ। ਹਾਂ ਸਹੀ ਗੱਲ ਹੈ, ਕਈ ਵਾਰ ਬੰਦੇ ਕਹਿੰਦੇ ਕਿਤੇ ਕੋਠੇ 'ਤੇ ਵੀ ਨਾ ਬਦਲੋ, ਥੱਲੇ ਵੱਜਿਓ। ਮੈਨੂੰ ਸਹੀ ਗੱਲ ਹੈ, ਮੈਨੂੰ ਇੱਥੇ ਬਾਈ 2017 'ਚ ਕਬੂਤਰ ਰੱਖੇ, ਅੱਜ ਤੱਕ ਮੈਂ ਖੁੱਡਾਂ ਦੀ ਛੱਤ 'ਤੇ ਚੜ੍ਹ ਕੇ ਨਹੀਂ ਦੇਖਿਆ 17 ਤੋਂ ਲੱਗੇ ਹੁਣ ਤੱਕ, ਦੇਖ ਲਓ ਆਲੇ ਦੁਆਲੇ ਵੀ ਘਰ ਹੈ ਕੀ ਹੈ ਕੀ ਨਹੀਂ ਹੈ। ਨਹੀਂ, ਗੁਆਂਢੀਆਂ ਨੇ ਜਗ੍ਹਾ ਦਿੱਤੀ ਵੀ ਉਹ ਵੀ ਉਧਾਰ ਦੇ ਵਿੱਚ ਵੀ ਬਾਜ਼ੀਆਂ ਜਿੱਤ ਗਿਆ ਪੈਸੇ ਦੇ ਦਾਂਗੇ, ਕਹਿੰਦੇ ਨਹੀਂ ਉਹ ਨਹੀਂ ਨਹੀਂ, ਬੰਦਾ ਕਹਿੰਦਾ ਹੁੰਦਾ ਵੀ ਯਾਰ ਇਹੋ ਜਿਹੇ ਨੂੰ ਕੱਢੋ ਪਰਾਂ ਪਿੰਡ ਦੇ ਵਿੱਚੋਂ ਬਾਈ, ਕੋਈ ਬੰਦਾ ਕਹਿੰਦੇ ਇੱਕ ਦਿਨ ਬੁਚਕਰ ਨਹੀਂ ਮਾਰੀ, ਕਦੇ ਸ਼ਾਦਰੇ ਘੁੰਗਰੂ ਨਹੀਂ ਲਾਏ, ਕਦੇ ਕੱਖ ਨਹੀਂ ਕਰਿਆ ਇੱਕ ਵੀ ਦਿਨ। ਬਿਲਕੁਲ, ਜਿਹਨੂੰ ਸ਼ੌਂਕ ਆ ਫਿਰ ਉਹ ਤਾਂ ਸਟੈਂਡਰਡ ਸਿੱਧਾ ਆਉਂਦੇ ਆ ਬਾਈ, ਨੀਵੀਂ ਪਾ ਕੇ। ਅੱਧਾ ਪਿੰਡ ਦਾ ਮੈਨੂੰ ਜਾਣਦਾ ਨਹੀਂ, ਅੱਧਿਆਂ ਨੂੰ ਮੈਂ ਨਹੀਂ ਜਾਣਦਾ, ਅੱਧਿਆਂ ਨੂੰ ਕਿ 90% ਮੈਨੂੰ ਨਹੀਂ ਜਾਣਦਾ, 90 ਨੂੰ ਮੈਂ ਨਹੀਂ ਜਾਣਦਾ। ਬਿਲਕੁਲ, ਹੈ ਇਸ ਪਿੰਡ ਦਾ ਇੰਨਾ ਧੰਨਵਾਦ ਬਾਈ, ਨਹੀਂ ਕਬੂਤਰਾਂ ਨੂੰ ਕਈ ਬੰਦੇ ਨਹੀਂ ਚੰਗਾ ਸਮਝਦੇ, ਆਪਾਂ ਨੂੰ ਕਦੇ ਅੱਜ ਤੱਕ ਇੱਕ ਵੀ ਦਿੱਕਤ ਨਹੀਂ ਆਈ, ਇੱਥੇ 10 ਗੱਡੀਆਂ ਖੜੀਆਂ ਰਹਿਣ, 15 ਖੜੀਆਂ ਰਹਿਣ, ਵਿਚਾਲੇ ਖੜੀ ਰਹੇ ਕਾਰ, ਬਿਲਕੁਲ, ਜਿਹਦੇ ਘਰੇ ਕਬੂਤਰ ਡਿੱਗ ਜਾਂਦਾ ਅਗਲਾ ਆਪਸ ਨੇ ਹਲਾਉਂਦਾ, ਬੜਾ ਵਧੀਆ ਪਿੰਡ ਆ। ਸਹੀ ਗੱਲ, ਅਸਲ 'ਚ ਨਾ ਬਾਈ ਵਧੀਆ ਨੂੰ ਵਧੀਆ ਹੀ ਮਿਲਦੇ ਨੇ ਬਾਈ, ਇਹ ਤੇਰਾ ਸੁਭਾਅ ਵਧੀਆ, ਹੈ ਨਾ, ਅਤੇ ਦੇਖੋ ਤਾਮਕੋਟ ਪਿੰਡ ਦਾ ਨਾਂ ਵੀ ਬਾਈ ਅੱਜ ਕੱਲ੍ਹ ਇੰਟਰਨੈਸ਼ਨਲ ਤੱਕ ਜਾਂਦਾ, ਤਾਮਕੋਟ ਪਿਜਨ ਕਲੱਬ ਤੁਸੀਂ ਪਿੰਡ ਦੇ ਨਾਂ 'ਤੇ ਰੱਖਿਆ, ਨਹੀਂ ਫਿਰ ਚੀਨਾ ਮਾਨਸਾ ਪਿਜਨ ਕਲੱਬ ਵੀ ਰੱਖ ਲੈਂਦੇ ਆਪਾਂ ਬਾਈ। ਪਤਾ ਜੀ ਦੇਖੋ ਆਪਾਂ ਤਾਮਕੋਟ ਪਿੰਡ ਦਾ ਨਾਂ ਵੀ ਬਾਈ ਦੇਖ ਲਓ ਬੁਲੰਦੀਆਂ ਦੇ, ਜਦੋਂ ਮੈਂ ਸਾਰਾ ਸਿਸਟਮ ਬਣਾਇਆ ਜੀ ਦੁਬਾਰੇ, ਪਹਿਲਾਂ ਮੇਰੇ 'ਤੇ ਪਰਮ ਦੇ ਇਕੱਠੇ ਸੀ, ਪਰਮ ਨੂੰ ਸ਼ੌਂਕ ਘੱਟ ਸੀਗਾ, ਮੈਂ ਕਿਸੇ ਹੋਰ ਪਿੰਡ ਵੀ ਰੱਖਣ ਦੀ ਉਹ ਕਰ ਸਕਦਾ ਸੀ, ਮੈਨੂੰ ਲੱਲੂਆਣਾ ਪਿੰਡ ਨੇੜੇ ਪੈਂਦਾ, ਮੇਰੀ ਆਪਦੀ ਜ਼ਮੀਨ, ਮੇਰਾ ਪਿੰਡ ਘਰ ਖੜਕ ਸਿੰਘ ਵਾਲੇ ਘਰ ਆ, ਸਾਰਾ ਕੁਛ ਹੈ, ਮੈਂ ਉਹ ਮੈਂ ਕਿਹਾ ਵੀ ਜਿੱਤ ਜਿਹੜੇ ਪਿੰਡ ਨੇ ਆਪਣਾ ਨਾਂ ਬਣਾਇਆ ਆਪਾਂ ਇੱਥੇ ਰੱਖਾਂਗੇ, ਇੱਥੇ ਰੱਖ, ਜਿੰਨਾ ਟਾਈਮ ਕਬੂਤਰ ਰੱਖਾਂਗੇ ਇੱਥੇ ਰੱਖਾਂਗੇ, ਅਤੇ ਛੱਡ ਦਿੰਦਾ ਤੈਨੂੰ ਪਤਾ ਬਾਈ ਕੋਈ ਪਤਾ ਨਹੀਂ। ਨਹੀਂ ਬਿਲਕੁਲ ਬਾਈ, ਬਾਕੀ ਭਰਾਵੋ ਚੀਨੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਨਾਲ ਹੀ ਕੈਮਰੇ 'ਤੇ ਬੈਠਾ ਸਾਡਾ ਭਰਾ ਚੀਨਾ ਬਾਈ ਖਿਆਲੇ ਤੋਂ, ਇਹ ਚੀਨਾ ਖਿਆਲੇ ਵਾਲੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਉਹ ਵੀ ਸਾਡਾ ਭਰਾ ਗਾ, ਹੈ ਨਾ, ਅਤੇ ਬਾਈ ਨੇ ਕਿਹਾ ਸੀ ਕਹਿੰਦਾ ਜਿੱਦਣੇ ਬਾਈ ਚੀਨੇ ਮਾਨਸ ਵਾਲੇ ਕੋਲ ਗਿਆ ਕਹਿੰਦਾ ਇਕੱਠੇ ਚੱਲਾਂਗੇ, ਮੈਂ ਠੀਕ ਆ ਬਾਈ, ਅਤੇ ਚੀਨੇ ਦਾ ਵੱਡਾ ਭਰਾ ਗਾ ਬਾਈ ਆਪਣਾ ਜਗਦੇਵ ਆ ਬਾਈ ਦਾ ਨਾਂ, ਹੈ ਨਾ, ਵੱਡਾ ਦਵਾਈ ਵਾਲਾ ਬਾਈ ਦਾ ਪੇਜ ਹੈ, ਅਤੇ ਊਂ ਬਾਈ ਦਾ ਨਾਂ ਜਗਰਾਜ ਆ, ਊਂ ਬਾਈ ਦਾ ਨਾਂ ਜਗਰਾਜ ਆ, ਅਤੇ ਵੱਡਾ ਦਵਾਈ ਵਾਲਾ ਬਾਈ ਦਾ ਪੇਜ ਹੈਗਾ, ਬਹੁਤ ਸੋਹਣੇ ਆਪਾਂ ਕਹੀਏ ਨਾਈਸ ਸੁਭਾਅ ਵਾਲੇ ਬੰਦੇ ਨੇ, ਯਾਰਾਂ ਦੇ ਯਾਰ ਨੇ, ਹੈ ਨਾ, ਸਾਰੇ ਭਰਾ ਆਪਣੇ ਬਾਈ ਬਹੁਤ ਵਧੀਆ ਨੇਗੇ, ਤੇ ਚੀਨੇ ਬਾਈ
ਧੰਨਵਾਦ ਤੁਹਾਡਾ ਬਹੁਤ ਬਹੁਤ, ਅਤੇ ਮਿਲਦੇ ਹਾਂ ਐਤਕੀ ਬਾਜ਼ੀਆਂ 'ਤੇ ਬਾਈ, ਹੈ ਨਾ, ਅਤੇ ਚੀਨੇ ਵੀਰ ਨੂੰ ਕਹਿ ਤਾ ਵੀ ਬਾਈ ਜਿੱਦਣੇ ਵੀ ਸਾਡੇ ਇਲਾਕੇ 'ਚ ਬਾਜ਼ੀ ਛੱਡਣ ਜਾਓ, ਆਪਣਾ ਬਾਈ ਹਰੀਗੜ੍ਹ ਖੇਤ ਆਪਦਾ ਗਰੀਬੜਾ ਜਿਹਾ ਉੱਥੇ ਫਾਰਮ ਹਾਊਸ ਤਿਆਰ ਕੀਤਾ ਵੀ ਉਹ ਭਾਈਆਂ ਲਈ ਇਹ ਆ ਵੀ ਆਪਦੇ ਚਾਰ ਭਾਈ ਆਉਣਗੇ ਅਸਲ 'ਚ ਕੀ ਆਉਣਾ ਬਾਈ, ਮੈਂ ਕਹਿੰਦਾ ਵੀ ਜਿਹੜੇ ਕੋਈ ਸ਼ੌਂਕ ਪਾਲਦੇ ਨਾ ਬੰਦੇ, ਅਤੇ ਉਹ ਵਾਕਈ ਇੱਕ ਰੱਬ ਦਾ ਰੂਪ ਨੇ ਵੀ ਆਪਣੇ ਭਰਾ ਆਉਣਗੇ, ਇਹਨਾਂ ਦਾ ਸੇਵਾ ਪਾਣੀ ਕਰਾਂਗੇ, ਚਾਹ ਪਾਣੀ ਪਿਆਵਾਂਗੇ, ਹੈ ਨਾ, ਤਾਂ ਬਾਈ ਆਪਦੇ ਵੀ ਧੰਨ ਭਾਗ ਹੋਣਗੇ। ਜਿਵੇਂ ਆਪਣੇ ਵੀ ਮਹਾਰਾਜ ਨੇ ਕਿਹਾ ਵੀ ਸੰਗਤ ਦੀ ਸੇਵਾ, ਮੈਂ ਤਾਂ ਕਹਿੰਦਾ ਵੀ ਜੋ ਵੀ ਭਰਾ ਭੈਣ ਭਾਈ ਉੱਥੇ ਆਉਂਦਾ ਆਪਾਂ ਤਾਂ ਉਹਨਾਂ ਨੂੰ ਇੱਕ ਸੰਗਤ ਦੇ ਰੂਪ 'ਚ ਸਮਝ ਦੇਵਾਂਗੇ, ਵੀ ਜਿਹੜਾ ਕੋਈ ਦਿਨੇ ਚਾਹ ਪਾਣੀ ਵਾਲਾ ਉਹਨੂੰ ਦਿਨੇ ਚਾਹ ਪਾਣੀ, ਹੈ ਨਾ, ਜੋ ਵੀ ਜਿਹੋ ਜਿਹੀ ਸੇਵਾ ਵਾਲਾ ਵੀਰ ਆ ਬਾਈ ਵੀ ਸਾਡੇ ਉੱਥੇ ਆਵੇ, ਕੋਈ ਭਾਗਾਂ ਦਾ ਘਰ ਹੁੰਦਾ ਬਾਈ ਜਿੱਥੇ ਕੋਈ ਭੈਣ ਭਰਾ ਆਉਂਦੇ ਹੈਗੇ, ਹੈ ਨਾ, ਜੇ ਕੋਈ ਕਿਸੇ ਦੇ ਘਰੋਂ ਕੋਈ ਪ੍ਰਸ਼ਾਦਾ ਪਾਣੀ ਸਕਦਾ ਤਾਂ ਉਹ ਪਰਮਾਤਮਾ ਨੇ ਭੇਜਿਆ। ਰਾਜਸਥਾਨ ਦੇ ਵਿੱਚ ਲੋਕ ਬਾਈ ਮਹਿਮਾਨ ਨੂੰ ਰੱਬ ਸਮਝਦੇ ਆ ਬਾਈ, ਹਾਂਜੀ ਬਾਈ ਆਪਾਂ ਗਿਆ ਗਏ ਆ ਬਾਈ ਬਸਤਰ ਵਗੈਰਾ, ਆਪਣੇ ਪੰਜਾਬ ਦੇ ਵਿੱਚ ਵੀ ਪਹਿਲਾਂ ਇਹੀ ਕੰਮ ਸੀ ਬਾਈ, ਪਰ ਹੁਣ ਥੋੜਾ ਸਮੇਂ ਦੀ ਚਾਲ ਖਰਾਬ ਹੋ ਗਈ ਤਾਂ ਕਰਕੇ ਬਾਈ ਲੋਕ ਰਿਸ਼ਤੇਦਾਰਾਂ ਨੂੰ ਵੀ ਪਤਾ ਉਹ ਮੰਨਣ ਲੱਗ ਗਈ। ਅਸੀਂ ਨਾ ਬਾਜ਼ੀ ਛੱਡਦੇ ਆ ਫਰੀਦਕੋਟ ਸਾਈਡ, ਠੀਕ ਆ ਬਾਈ, ਥਾੜ ਕਹਿੰਦੇ ਆ, ਮੈਂ ਗਲਤ ਨਾ ਹੋਵਾਂ ਸ਼ਾਇਦ ਉਹ ਦਰਿਆ ਦਾ ਹੇਠਾਂ ਵਾਲਾ ਪਾਸਾ, ਠੀਕ ਹੈ, ਹੇਠਾਂ ਹਠਾੜ ਤਾਂ ਕਹਿੰਦੇ ਆ, ਠੀਕ ਹੈ, ਉੱਥੋਂ ਸ਼ੌਂਕ ਚੱਲਿਆ ਹੈ ਮੁਰਗਬਾਜ਼ੀ ਕਬੂਤਰਬਾਜ਼ੀ, ਉੱਧਰ ਲੋਕ ਅੱਜ ਵੀ ਜਿਹੜਾ ਲੋਕਾਂ ਦਾ ਮਾਇੰਡ ਹੈ ਉਵੇਂ ਹੀ ਹੈ। ਮੇਰੇ ਨਾਲ ਮੇਰਾ ਇੱਕ ਮਿੱਤਰ ਸੀ ਖਾਸ ਮਾਨਸਾ ਤੋਂ, ਅਸੀਂ ਬਾਜ਼ੀ ਛੱਡੀ ਥਾੜ 'ਚ, ਠੀਕ ਹੈ, ਅਸੀਂ ਨਾ ਜਿਵੇਂ ਛੋਟੇ ਸੀਗੇ 2014 ਦੀ ਗੱਲ ਹੈ, ਠੀਕ ਹੈ ਬਾਈ, ਉੱਥੇ ਜਿਵੇਂ ਵੀ ਦੁਕਾਨ ਤੋਂ ਅੱਗੇ ਲੈਣ ਮੂੰਗਫਲੀ ਦੀਆਂ ਗਰੀਆਂ ਹੀ ਲੈ ਲੈਂਦੇ, ਉਹ ਲੈਣ ਖੜੇ, ਮਾਤਾ ਪੁੱਛਦੀ ਕਹਿੰਦੀ ਪੁੱਤ ਕਿਵੇਂ, ਅਸੀਂ ਕਹਿੰਦੇ ਬਾਜ਼ੀ ਛੱਡੀ ਹੈ, ਕਹਿੰਦੇ ਪੁੱਤ ਆਹ ਬੈਠੋ ਇੱਥੇ ਮਿੰਟ 'ਚ ਤੈਨੂੰ ਮੰਜਾ ਲਿਆ ਕੇ ਰੱਖਤਾ, ਅਸੀਂ ਕਿੰਨੀ ਚੰਗੀ ਬੁੜੀ ਹੈ, ਅਤੇ ਮੈਂ ਅਸੀਂ ਗੱਲਾਂ ਕਰੀਏ ਪਕੌੜੀਆਂ ਖਾਈ ਜਾਈਏ ਅਤੇ ਮਾਤਾ ਚਾਹ ਬਣਾ ਲਈ, ਠੀਕ ਹੈ, ਕਹਿੰਦੀ ਪੁੱਤ ਭੁੱਖ ਭੱਖ ਲਈ ਕੋਈ ਸੇਵਾ ਦੱਸੋ। ਹਜੇ ਵੀ ਉੱਧਰ ਲੋਕ ਇਹ ਕਬੂਤਰਬਾਜ਼ੀ ਨੂੰ ਮੁਰਗ, ਉੱਧਰ ਮੁਰਗਿਆਂ ਦੀਆਂ ਬਾਜ਼ੀਆਂ ਹੁੰਦੀਆਂ, ਉੱਥੇ ਵੀ ਆਈ ਹੈ ਪਿੰਡ ਵਾਲੇ ਆਪ 'ਚ ਕਹਿੰਦੇ ਆਪ 'ਚ ਉਹ ਕਰਦੇ ਆ ਕੰਪੀਟੀਸ਼ਨ, ਸਾਡੇ ਪਿੰਡ ਬਾਜ਼ੀ ਲੜਵਾਓ ਸਾਡੇ ਪਿੰਡ ਕਰਾਓ, ਠੀਕ ਹੈ, ਉਹਨਾਂ ਨੂੰ ਇੰਨਾ ਰੋਟੀ ਪਾਣੀ ਦਾ ਇੰਤਜ਼ਾਮ ਸਾਰਾ ਕੁਛ, ਇੰਨਾ ਸ਼ੌਂਕ ਹੁੰਦਾ, ਬਿਲਕੁਲ ਵੀ ਸਾਡੇ ਪਿੰਡ ਆਉਂਦੇ ਆ, ਬਿਲਕੁਲ। ਅਤੇ ਇੱਕ ਗੱਲ ਹੋਰ ਬਾਈ, ਜੇ ਕੋਈ ਗੱਲ ਗਲਤ ਲੱਗੀ ਹੋਵੇ ਕਿਸੇ ਨੂੰ, ਮੇਰੀ ਗੱਲ ਨਾ ਚੰਗੀ ਲੱਗੀ ਹੋਵੇ, ਤਾਂ ਸਾਰੇ ਭਰਾਵਾਂ ਤੋਂ ਬਾਈ ਮਾਫ਼ੀ ਚਾਹੁੰਦੇ ਹਾਂ। ਦੇਖੋ ਕੋਈ ਆਪਣਾ ਕੰਪਿਊਟਰ ਦਿਮਾਗ ਤਾਂ ਹੈ ਨਹੀਂ, ਕਈ ਵਾਰੀ ਕੋਈ ਗੱਲ ਵੱਧ ਘੱਟ ਨਿਕਲ ਜਾਂਦੀ, ਬਿਲਕੁਲ ਬਾਈ, ਬੋਲਦੇ ਮਾਫ਼ ਕਰਿਓ ਬਾਈ, 19-21 ਹੋ ਜਾਂਦੀ ਆ ਬਾਈ, ਹੈ ਨਾ, ਜਾਂ ਕਈ ਵਾਰ ਕਿਸੇ ਬਾਰੇ ਮੈਨੂੰ ਵੀ ਨਹੀਂ ਕਿਸੇ ਬਾਰੇ ਚੀਜ਼ ਬਾਰੇ ਪਤਾ ਹੁੰਦਾ, ਵੱਧ ਘੱਟ ਬੋਲੀ ਜਾਂਦੀ ਆ, ਤਾਂ ਉਹਦੇ ਲਈ ਭਰਾਵੋ ਮਾਫ਼ੀ ਚਾਹੁੰਦੇ ਆ, ਠੀਕ ਆ ਜਿੰਨੇ ਬਾਈ। ਅਤੇ ਬਾਕੀ ਸਾਰੇ ਕਬੂਤਰਾਂ ਨੂੰ ਬੈਸਟ ਆਫ ਲੱਕ ਬਾਈ, ਬਾਜ਼ੀਆਂ ਆ ਗਈਆਂ, ਪਰਮਾਤਮਾ ਕਰੇ ਵਧੀਆ ਮੌਸਮ ਸਾਫ਼ ਰਹੇ। ਅਤੇ ਇੱਕ ਬਾਈ ਨਾਲ ਹੀ ਬੇਨਤੀ ਕਰ ਦਿਓ ਵੀ ਸਾਡੇ ਪੰਜਾਬ ਪੈਦਾਵਾਰ ਯੂਟਿਊਬ ਚੈਨਲ ਨੂੰ, ਫੇਸਬੁੱਕ ਨੂੰ, ਇੰਸਟਾਗ੍ਰਾਮ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ, ਆਪਣਾ ਬਾਲਾ ਖਾਸ ਭਰਾ ਬਾਈ, ਸਾਫ਼ ਬੰਦਾ ਜਮਾਂ ਦਿਲ ਦਾ, ਇੱਕ ਤਾਂ ਤੇਜ਼ ਤਲਾ ਤੇਜ਼ ਤਰਾਰ ਬੰਦੇ ਹੁੰਦੇ ਆ, ਇਹਦਾ ਬਾਈ ਜੱਟ ਬੰਦਾ, ਇਹਦਾ ਬਾਈ ਜਿਹੜਾ ਚੈਨਲ ਹੈ ਪੰਜਾਬ ਪੈਦਾਵਾਰ ਯੂਟਿਊਬ 'ਤੇ, ਇੰਸਟਾ, ਫੇਸਬੁੱਕ ਸਾਰੇ ਕਿਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਭਰਾਵੋ। ਧੰਨਵਾਦ ਬਾਈ, ਸੋ ਠੀਕ ਆ ਭਰਾਵੋ, ਵੀਡੀਓ ਜ਼ਿਆਦਾ ਲੰਬੀ ਹੋਈ ਜਾਂਦੀ ਹੈ, ਅਤੇ ਠੀਕ ਆ ਚੀਨੇ ਬਾਈ, ਦਿਓ ਸਾਨੂੰ ਇਜਾਜ਼ਤ ਬਾਈ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।